ਕੋਈ ਨਾ ਮੰਮੀ, ਹੋ ਗਿਆ ਪਰਦਾਫਾਸ਼ ਤੇਰਾ ਵੀ, ਲੱਗ ਗਿਆ ਮੈਨੂੰ ਪਤਾ ਕੀ ਕੁਛ ਕਰਦੀ ਫਿਰਦੀ ਹੈ। ਕੋਈ ਨਾ, ਠੋਕੂ ਮੰਜੀ ਤੇਰੀ ਵੀ। ਹਜੇ ਫਤਿਹ ਨੂੰ ਇਸ ਦੁਨੀਆ 'ਚ ਗਏ ਨੂੰ ਥੋੜ੍ਹਾ ਟਾਈਮ ਹੀ ਹੋਇਆਗਾ, ਦੇਖ ਲਾ ਉਹ ਤਾਂ ਜ਼ਮੀਨਾਂ ਤੱਕ ਦੀਆਂ ਗੱਲਾਂ ਕਰਨ ਲੱਗ ਗਈ, ਕੁਛ ਵੀ ਨਹੀਂ ਸੋਚਦੀ। ਸ਼ਾਇਦ ਤੇਰੀ ਸੱਸ ਦੀ ਨਾ ਫਤਿਹ ਦੀ ਜ਼ਮੀਨ 'ਤੇ ਅੱਖ ਹੈ। ਮੈਨੂੰ ਵੀ ਲੱਗਦਾ ਕਿ ਲਵੂ ਦਾ ਵਿਆਹ ਤੇਰੇ ਨਾਲ ਹੋਊਗਾ। ਭੁਲੇਖਾ, ਲਵੂ ਦਾ ਵਿਆਹ ਤਾਂ ਮੇਰੇ ਨਾਲ ਹੀ ਹੋਊਗਾ, ਸਮਝ ਲੱਗੀ? ਯਾਦ ਰੱਖੇ ਪਤਾ, ਐਡੀ ਛੇਤੀ ਦਿਲ ਨਹੀਂ ਸਿੱਟਿਆ ਕਰਦੇ। ਨਾਲੇ ਜਿਹੜਾ ਬੰਦਾ ਸਹੀ ਫੈਸਲਾ ਕਰਦਾ, ਸਾਰੇ ਪਰਿਵਾਰ ਨੂੰ ਇੱਕ ਅੱਖ ਨਾਲ ਦੇਖਦਾ ਨਾ, ਉਹਦਾ ਤਾਂ ਸਾਥ ਪਰਮਾਤਮਾ ਵੀ ਦਿੰਦਾ। ਜੇ ਸੀਰਤ ਨੇ ਧੀ ਨੂੰ ਜਨਮ ਦੇਤਾ ਤਾਂ ਨਾ ਇਸ ਘਰ ਦੇ ਦਰਵਾਜ਼ੇ ਸੋਡੇ ਲਈ ਹਮੇਸ਼ਾ ਲਈ ਬੰਦ ਨੇ। ਸਮਝਦੀ ਪਤਾ ਨਹੀਂ ਮੰਮੀ ਕੀ ਹੈ, ਮੈਂ ਕੀ ਕੀ ਸੋਚਾਂ ਲਈ ਫਿਰਦਾ ਘਰ ਲਈ, ਤੇ ਆਪ ਪਤਾ ਨਹੀਂ ਕੀ ਸੋਚਦੀ ਰਹਿੰਦੀ ਹੈ। ਆ ਗਈ ਤੁਸੀਂ? ਓਏ ਹਾਂ ਯਾਰ, ਚੱਲੀਏ ਆਪਾਂ, ਹੁਣ ਨਹੀਂ ਲੇਟ ਹੋ ਰਹੇ, ਕਦੋਂ ਦੀ ਵੇਟ ਕਰ ਰਹੀ ਹਾਂ ਮੈਂ ਤੁਹਾਡੀ। ਓ ਜਾਊਂਗਾ ਤਾਂ ਮੈਂ ਇਹ ਘਰ ਚੋਂ ਯਾਰ। ਕੀ ਗੱਲ ਹੋ ਗਈ, ਇੰਨੇ ਭੜਕੇ ਕਿਉਂ ਪਏ ਹੋ? ਯਾਰ ਮੰਮੀ ਨੇ ਦਿਮਾਗ ਖਰਾਬ ਕਰ ਰੱਖਿਆ ਯਾਰ ਮੇਰਾ। ਹੁਣ ਕੀ ਕਹਿਤਾ ਮਾਂ ਨੇ? ਯਾਰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਮੈਂ ਇਸ ਘਰ ਦਾ ਜਵਾਕ ਹਾਂ ਜਾਂ ਮੈਂ ਇਸ ਘਰ ਦਾ ਨੌਕਰ ਹਾਂ ਯਾਰ। ਸ਼ਿਵ, ਇਹ ਕਿਹੋ ਜਿਹੀ ਗੱਲਾਂ ਕਰੀ ਜਾਂਦੇ ਹੋ ਤੁਸੀਂ? ਯਾਰ ਐਵੇਂ ਥੋੜ੍ਹੀ ਹੁੰਦਾ ਵੀ ਜੋ ਮੰਮੀ ਚਾਹੁੰਦੀ ਹੈ ਮੈਂ ਉਹੀ ਕਰਾਂ। ਹੁਣ ਮੰਮੀ ਦੀ ਇੱਕੋ ਹੀ ਜਿੱਦ ਹੈ, ਆਖੇ ਤੂੰ ਡਾਕਟਰ ਕੋਲ ਜਾ, ਪੈਸੇ ਕਹਿੰਦੇ ਜਿੰਨੇ ਮਰਜ਼ੀ ਚੱਕ, ਪਰ ਕੁੜੀ ਤੇ ਮੁੰਡੇ ਦਾ ਟੈਸਟ ਜ਼ਰੂਰ ਕਰਾ ਕੇ। ਇਹੀ ਤਾਂ ਮੰਮੀ ਨੇ ਜ਼ਿੱਦ ਫੜ ਕੇ ਰੱਖੀ ਹੋਈ ਹੈ ਵੀ ਜਾ ਕੇ ਟੈਸਟ ਕਰਾ ਕੇ ਆਓ। ਓਏ ਅੱਜ ਤਾਂ ਹੱਦ ਹੀ ਕਰਤੀ, ਕਹਿੰ ਜੇ ਕੁੜੀ ਹੋਈ ਨਾ ਉੱਥੇ ਫਾਹਾ ਵੱਢਿਆ, ਕਿਉਂ ਸਾਡਾ ਅੰਸ਼ ਨਹੀਂ ਉਹ? ਫਾਹਾ ਵੱਢਿਆ ਉਹਦੇ ਵਾਸਤੇ ਤਾਂ ਬਹੁਤ ਸਾਣਾ ਹੈ ਨਾ, ਜਿਹੜੀ ਮਾਂ ਆਪਦੇ ਢਿੱਡ 'ਚ ਪਲੋਸਦੀ ਹੈ ਨਾ ਬੱਚੇ ਨੂੰ, ਨਾੜਾਂ ਨਾਲ ਸੀਸਦੀ ਹੈ, ਉਹਨੂੰ ਪਤਾ ਲੱਗਦਾ ਨਾ ਕਿ ਲਾਦ ਕੀ ਹੁੰਦੀ ਹੈ। ਮੰਮੀ ਨੂੰ ਖੁਦ ਵੀ ਸਮਝਣਾ ਚਾਹੀਦਾ। ਉਹ ਯਾਰ ਇੱਕ ਮਾਂ ਹੋ ਕੇ ਇਹ ਗੱਲਾਂ ਕਿਵੇਂ ਕਰ ਸਕਦੀ ਹੈ ਯਾਰ? ਆਪ ਵੀ ਤਾਂ ਕੁੜੀ ਹੋਈ ਸੀ। ਯਾਰ ਦਿਮਾਗ ਖਰਾਬ ਕਰ ਰੱਖਿਆ ਯਾਰ, ਮੈਂ ਤਾਂ ਹੱਥ ਜੋੜਿਆ ਆ ਵੀ ਮੈਂ ਟੈਸਟ ਕਰਾ ਲੂੰਗਾ, ਠੀਕ ਹੈ? ਸ਼ਿਵ, ਇਹ ਤੁਸੀਂ ਮਾਂ ਨਾਲ ਕੀ ਵਾਅਦਾ ਕਰਕੇ ਆਏ ਹੋ? ਕੋਈ ਵਾਅਦਾ ਨਹੀਂ ਕੀਤਾ ਯਾਰ, ਮੈਂ ਗੁੱਸੇ 'ਚ ਕਹਿ ਕੇ ਆਇਆ ਆਪਾਂ ਟੈਸਟ ਕਰਵਾ ਲਾਂਗੇ, ਪਰ ਮਾਂ ਨੂੰ ਨਹੀਂ ਮੈਂ ਕਹਿੰਦਾ ਵੀ ਹਾਂ ਅਸੀਂ ਤੇਰੀ ਜਿੱਦ ਮੰਨ ਲਈ ਤੇ ਟੈਸਟ ਕਰਵਾ ਲਿਓ, ਕੀ ਫਰਕ ਪੈ ਜੂਗਾ ਯਾਰ ਜੇ ਆਪਾਂ ਨੂੰ ਪਤਾ ਵੀ ਲੱਗ ਜੂ ਵੀ ਮੁੰਡਾ ਜਾਂ ਕੁੜੀ ਹੈ। ਵਧੀਆ ਗੱਲ ਹੈ, ਜੇ ਕੁੜੀ ਹੋਈ ਤਾਂ ਆਪਾਂ ਕੁੜੀਆਂ ਵਾਲੇ ਨਾਂ ਤਾਂ ਸੋਚਦੇ ਹੋ ਜਾਵਾਂਗੇ। ਪਰ ਇਹ ਕਾਨੂੰਨੀ ਅਪਰਾਧ ਆ। ਕੋਈ ਨਹੀਂ ਮੰਨਦਾ ਮੈਂ ਅਪਰਾਧ, ਕੋਈ ਨਹੀਂ ਆਪਾਂ ਟੈਸਟ ਕਰਵਾ ਲਾਂਗੇ, ਟੈਸਟ ਕਰਵਾ ਕੇ ਜੋ ਵੀ ਸੱਚ ਹੋਊਗਾ, ਜੇ ਮੁੰਡਾ ਹੋਇਆ ਤਾਂ ਇਹਨੂੰ ਦੱਸ ਦਾਂਗੇ ਵੀ ਮੁੰਡਾ, ਕਲੇਸ਼ ਤਾਂ ਘਟੂਗਾ ਯਾਰ। ਜੇ ਕੁੜੀ ਹੋਈ ਤਾਂ ਆਪਾਂ ਚੁੱਪ ਕਰ ਜਾਂਗੇ, ਕਹਿ ਦਾਂਗੇ ਟੈਸਟ ਨਹੀਂ ਕਰਵਾਇਆ, ਸਮਝ ਰਹੀ ਹੈ ਨਾ? ਜਨਮ ਤਾਂ ਆਪਾਂ ਬੱਚੇ ਨੂੰ ਦੇਵਾਂਗੇ ਨਾ, ਬਸ ਫਿਰ ਕਿਉਂ ਟੈਨਸ਼ਨ ਲਈ? ਪਤਾ ਨਹੀਂ ਮਾਂ ਦਾ ਦਿਮਾਗ ਕਿਉਂ ਖਰਾਬ ਹੋਇਆ ਪਿਆ ਯਾਰ। ਸੱਚੀ ਕਦੇ ਕਦੇ ਨਾ ਮੇਰਾ ਇਹ ਜੀ ਕਰਦਾ ਵੀ ਮੈਂ ਸਾਰਾ ਕੁਛ ਛੱਡ ਕੇ ਵਗ ਜਾ ਯਾਰ, ਦੂਰ ਹੋ ਜਾ ਕਲੇਸ਼ ਤੋਂ, ਦੂਰ ਹੋ ਜਾ ਕਲੇਸ਼ ਤੋਂ ਮੈਂ। ਤੇ ਮੈਂ ਕਿਉਂ ਉਰੇ ਇਕੱਲੀ ਰਹਿ ਲਾਂਗੀ? ਕਮਾਲ ਕਰੀ ਜਾਂਦੇ ਹੋ ਤੁਸੀਂ, ਜਿੰਨਾ ਤੁਸੀਂ ਪਰੇਸ਼ਾਨ ਹੋ ਨਾ ਉਹ ਤੋਂ ਦੋ ਗੁਣਾ ਵੱਧ ਪਰੇਸ਼ਾਨ ਮੈਂ ਆ। ਮੰਮੀ ਦੀ ਤਾਂ ਹੱਦ ਹੀ ਪਾਰ ਹੋ ਗਈ ਯਾਰ, ਅਪਾਇੰਟਮੈਂਟ ਆਥਣ ਦੀ ਲੈ ਲਾਂਗੇ, ਇੱਥੋਂ ਨਹੀਂ ਜਾਇਆ ਜਾਂਦਾ।
ਕਮਾਲ ਹੈ ਮੰਮੀ ਦੀ ਵੀ। ਤੇ ਹੁਣ ਜੇ ਡਾਕਟਰ ਕੋਲ ਜਾਂਦੇ ਸੀ ਤਾਂ ਜਾਣ ਦਿੰਦੀ, ਕਲੇਸ਼ ਪਾ ਕੇ ਬਹਿ ਜਾਂਦੀ ਆ। ਰੋਜ਼ ਦਾ ਇਹੀ ਕੰਮ ਆ ਮੰਮੀ ਦਾ, ਪਤਾ ਨਹੀਂ ਕੀ ਚਾਹੁੰਦੀ ਆ। ਹੁਣ ਮੈਨੂੰ ਤਾਂ ਟੈਨਸ਼ਨ ਹੋਈ ਪਈ ਹੈ, ਜੇ ਟੈਸਟ 'ਚ ਮੁੰਡਾ ਨਾ ਆਇਆ ਕੁੜੀ ਆਈ ਫਿਰ ਕੀ ਹੋਊਗਾ। ਸੱਚੇ ਪਾਤਸ਼ਾਹ ਮਿਹਰ ਕਰੀ ਦਾਤਿਆ, ਮਿਹਰ ਕਰੀ। ਕੀ ਕਰਦੀ ਸੀ ਲਵੋ? ਕੁਛ ਨੀ ਭਾਬੀ, ਬਸ ਆ ਚਾਦਰ ਹੀ ਸੈੱਟ ਕਰ ਦਿੱਤੀ। ਚੱਲ ਛੱਡ, ਮੈਂ ਕਰ ਦਿਆਂ ਤੇਰੀ ਚਾਦਰ ਸੈੱਟ। ਕੋਈ ਗੱਲ ਨੀ, ਮੈਂ ਕਰ ਲੂੰਗੀ, ਤੁਸੀਂ ਉਧਰ ਰਸੋਈ ਦਾ ਕਰ ਲਓ। ਚੱਲ ਠੀਕ ਹੈ ਫਿਰ, ਮੈਂ ਰਸੋਈ 'ਚ ਵੀ ਕਾਫੀ ਕੰਮ ਪਿਆ, ਮੈਂ ਕਰ ਲੈਂਦੀ ਹਾਂ ਰਸੋਈ 'ਚ। ਕਰ ਲਓ ਭਾਬੀ। ਇੱਕ ਮਿੰਟ ਮੇਰੀ ਗੱਲ ਸੁਣੀ। ਹਾਂ ਲਵੋ ਬੋਲ। ਬਹਿ ਜਾ। ਦੇਖ ਜਦੋਂ ਮੈਂ ਪਹਿਲਾਂ ਉਰੇ ਆਈ ਸੀਗੀ ਮਾਮੀ ਦਾ ਉਦੋਂ ਵੀ ਇਹੀ ਹਾਲ ਸੀ, ਜਦੋਂ ਮੈਂ ਹੁਣ ਆਈ ਹੈਗੀ ਮਾਮੀ ਦਾ ਹੁਣ ਵੀ ਇਹੀ ਹਾਲ। ਉਹ ਨੀ ਕਦੇ ਸੁਧਰ ਸਕਦੀ, ਉਹਦੇ ਮਨ 'ਚ ਨਾ ਲਾਲਚ ਭਰਿਆ ਹੋਇਆ ਗਾ। ਤੁਸੀਂ ਦੇਖਿਆ ਨੀ ਹੈਗਾ ਗੱਲਾਂ ਕਿਵੇਂ ਕਰਦੀ ਸੀ। ਪਰ ਨਹੀਂ ਲਵੋ, ਮਾਮੀ ਤਾਂ ਮੈਨੂੰ ਠੀਕ ਲੱਗਦੇ ਨੇ, ਉਹਨਾਂ ਦਾ ਸੁਭਾਅ ਵੀ ਬਹੁਤ ਵਧੀਆ ਗਾ। ਤੈਨੂੰ ਐਵੇਂ ਭੁਲੇਖਾ ਪਿਆ। ਭੁਲੇਖਾ ਨੀ ਭਾਬੀ, ਮੈਨੂੰ ਤਾਂ ਯਕੀਨ ਹੈ ਪੂਰਾ। ਦੇਖ ਉਹਨੇ ਆਪਦਾ ਘਰ ਉਜਾੜਨ ਲੱਗੇ ਪਹਿਲਾਂ ਪੂਰਾ ਜ਼ੋਰ ਲਾਤਾ, ਹੁਣ ਆਪਣਾ ਘਰ ਉਜਾੜਨ ਤੇ ਲੱਗੇ ਪਏ ਨੇ। ਕੀ ਗੱਲ, ਉਹਨਾਂ ਨੂੰ ਕੀ ਮਿਲਦਾ ਹੈ? ਆਪਣੇ ਘਰ ਦੇ ਮਾਮਲੇ 'ਚ ਟੰਗੜਾ ਕੇ ਉਹਨਾਂ ਨੂੰ ਮਿਲਦਾ ਕੀ ਹੈ? ਚੱਲ ਕੋਈ ਨਾ ਲਵੋ, ਤੂੰ ਨਾ ਫਿਕਰ ਕਰਿਆ ਕਰ, ਮੈਂ ਹੈਗੀ ਹਾਂ ਨਾ ਤੇਰੇ ਨਾਲ, ਨਾਲੇ ਇਹਨਾਂ ਗੱਲਾਂ ਕਰਨ ਤੂੰ ਧਿਆਨ ਦਿਆ ਕਰ। ਧਿਆਨ ਤਾਂ ਦੇਣਾ ਪਊਗਾ ਭਾਬੀ। ਦੇਖ ਸੀਰਤ ਕਿਹੜੇ ਹਾਲਤ 'ਚ ਹੈਗੀ, ਆਪਾਂ ਨੂੰ ਉਹਦਾ ਵੀ ਖਿਆਲ ਰੱਖਣਾ ਪੈਣਾ। ਪਰ ਮਾਮੀ ਜੋ ਆ ਗੱਲਾਂ ਕਰਦੀ ਹੈ ਨਾ, ਠੀਕ ਨਹੀਂ ਕਰ ਰਹੀ। ਕੋਈ ਗੱਲ ਨੀ ਲਵੋ, ਉਹ ਤਾਂ ਤੇਰੀ ਗੱਲ ਠੀਕ ਆ। ਕੋਈ ਗੱਲ ਨੀ, ਮਾਮੀ ਬਾਰੇ ਵੀ ਮੈਂ ਪਤਾ ਲਵਾ ਲੂੰਗੀ ਵੀ ਕੀ ਸੋਚਦੀ ਆਪਣੇ ਬਾਰੇ, ਤੂੰ ਨਾ ਫਿਕਰ ਕਰ। ਠੀਕ ਹੈ, ਦੇਖ ਆਪਾਂ 5 ਕਰੀਏ 50 ਕਰੀਏ ਸਾਡੇ ਘਰ ਦਾ ਮਸਲਾ, ਉਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਵਿੱਚ ਵਿਚਾਲੇ ਬੋਲਣ ਦੀ। ਨਾਲੇ ਤੁਸੀਂ ਨਾ ਉਹਨਾਂ ਦੇ ਗੱਲਾਂ 'ਚ ਆ ਜਾਇਓ, ਮੈਂ ਦੇਖਿਆਗਾ ਤੁਹਾਡਾ ਕਾਫੀ ਖੜ ਕੇ ਗੱਲਾਂ ਕਰਦੇ ਹੁੰਦੇ ਨੇ। ਗੱਲਾਂ ਤਾਂ ਲੱਭੂ ਕਰਦੇ ਆ ਮਾਮੀ ਜੀ, ਪਰ ਮੈਂ ਗੱਲਾਂ 'ਚ ਨਹੀਂ ਆਉਂਦੀ। ਤੈਨੂੰ ਪਤਾ ਨਾ ਵੀ ਤੇਰੀ ਭਾਬੀ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣ ਵਾਲੀ। ਭਾਬੀ ਆਈ ਵੀ ਨਾ, ਦੇਖ ਸਾਡਾ ਤੂੰ ਹੀ ਤਾਂ ਇੱਕ ਸਹਾਰਾ ਹੈਗਾ ਵੀਰੇ ਦੇ ਜਾਣ ਤੋਂ ਬਾਅਦ, ਇੱਕ ਤੂੰ ਹੀ ਹੈ ਜਿਹਦੇ ਕੋਲ ਅਸੀਂ ਆਪਣਾ ਦੁੱਖ ਸੁੱਖ ਸਾਂਝਾ ਕਰ ਸਕਦੇ ਹਾਂ। ਕੋਈ ਨਾ ਲੱਭੂ, ਤੂੰ ਫਿਕਰ ਨਾ ਕਰ, ਤੂੰ ਮੇਰੀ ਪਿਆਰੀ ਨਣਦ ਆ, ਤੂੰ ਇਹਨਾਂ ਗੱਲਾਂ 'ਤੇ ਨਹੀਂ ਧਿਆਨ ਨਾ ਦਿਆ ਕਰ। ਆਪਾਂ ਤਾਂ ਨਾਲੇ ਸੀਰਤ ਦਾ ਧਿਆਨ ਰੱਖਣਾ ਆ, ਜੇ ਆਪੇ ਇਹਨਾਂ ਗੱਲਾਂ ਦੀ ਟੈਨਸ਼ਨ ਲੈਣ ਲੱਗ ਗਏ ਫਿਰ ਉਹਨੂੰ ਕੌਣ ਸੰਭਾਲੂਗਾ? ਆਹ ਗੱਲ ਤਾਂ ਠੀਕ ਹੈ ਭਾਬੀ ਤੁਹਾਡੀ, ਪਰ ਫਿਰ ਵੀ ਪਤਾ ਨਹੀਂ ਕਿਉਂ ਮਨ 'ਚ ਡਰ ਜਿਹਾ ਲੱਗਿਆ ਰਹਿੰਦਾ ਵੀ ਕਿਤੇ ਆਪਣੇ ਘਰ 'ਚ ਕੋਈ ਫੁੱਟਣਾ ਪਵਾ ਦੇਵੇ। ਦੇਖ ਭਾਬੀ, ਲੋਕ ਨਹੀਂ ਚਾਹੁੰਦੇ ਹੁੰਦੇ ਵੀ ਇਹ ਹੱਸਦੇ ਵੱਸਦੇ ਰਹਿਣ, ਵੀ ਇਹਨਾਂ ਦੇ ਘਰ 'ਚ ਖੁਸ਼ੀਆਂ ਭਰਿਆ ਮਾਹੌਲ ਰਹੇ। ਲੋਕ ਤਾਂ ਚਾਹੁੰਦੇ ਨੇ ਵੀ ਇਹ ਉੱਜੜ ਜਾਣ, ਘਰ 'ਚ ਕਲੇਸ਼ ਪੈ ਰਹੇ ਇਹਨਾਂ ਦੇ। ਭਾਬੀ ਬਣ ਕੇ ਤੂੰ ਕਦੇ ਲੋਕਾਂ ਦੀਆਂ ਗੱਲਾਂ 'ਚ ਨਾ ਆਈ। ਲੈ ਹੈ ਕਮਲੀ, ਭਲਾ ਮੈਂ ਕਿਸੇ ਦੀਆਂ ਗੱਲਾਂ 'ਚ ਕਿਉਂ ਆਊਂਗੀ, ਨਾਲੇ ਲੋਕਾਂ ਤੋਂ ਵੱਧ ਕੇ ਤਾਂ ਤੁਸੀਂ ਦੋਨੋਂ ਆ, ਮੈਨੂੰ ਤੁਹਾਨੂੰ ਪਿਆਰ ਕਰਦੀ ਹਾਂ ਮੈਂ। ਜੇ ਅੱਜ ਤੇਰਾ ਵੀਰਾ ਹੁੰਦਾ ਨਾ ਤਾਂ ਸਾਰਾ ਸਾਂਭ ਲੈਂਦਾ, ਹੁਣ ਸਾਰੀ ਜ਼ਿੰਮੇਵਾਰੀ ਨਾ ਮੇਰੇ ਸਿਰ 'ਤੇ ਆ ਤੁਹਾਡੀ, ਤੂੰ ਫਿਕਰ ਨਾ ਕਰਿਆ ਕਰ ਇਹਨਾਂ ਗੱਲਾਂ ਦਾ। ਫਿਕਰ ਤਾਂ ਹੋ ਹੀ ਜਾਂਦਾ ਭਾਬੀ। ਚੱਲ ਕੋਈ ਨਹੀਂ, ਤੂੰ ਕਰ ਲੈ ਕੰਮ ਜਾ ਕੇ, ਮੈਂ ਇੱਦਾਂ ਦਾ ਕਰ ਦਿੰਦੀ ਹਾਂ, ਤੂੰ ਰਸੋਈ ਵਾਲਾ ਕਰ ਲੈ।
ਠੀਕ ਹੈ, ਆਰਾਮ ਕਰ ਲੈ ਤੂੰ। ਚਾਹ ਸੀਰਤ ਨੇ ਰੋਟੀ ਰੋਟੀ ਖਾ ਲਈ? ਹਾਂ ਸੀਰਤ ਨੇ ਤਾਂ ਖਾ ਲਈ ਸੀ ਰੋਟੀ। ਤੂੰ ਚਾਹ ਪੀਣੀ ਆ? ਨਹੀਂ ਭਾਬੀ ਚਾਹ ਤਾਂ ਨਹੀਂ ਪੀਣੀ, ਨਿੰਬੂ ਪਾਣੀ ਪੀ ਲੂੰਗੀ। ਚੱਲ ਠੀਕ ਹੈ, ਮੈਂ ਨਿੰਬੂ ਪਾਣੀ ਲਿਆ ਦਿੰਦੀ ਹਾਂ, ਆਰਾਮ ਕਰ ਲੈ। ਠੀਕ ਹੈ, ਐਵੇਂ ਨਾ ਫਿਕਰ ਕਰਿਆ ਕਰ, ਪਾਗਲ ਜੀ ਨਾ ਹੋਵੇ ਤਾਂ। ਸ਼ੁਕਰ ਹੈ ਰੱਬਾ ਤੇਰਾ, ਮੈਨੂੰ ਇੰਨੀ ਚੰਗੀ ਭਾਬੀ ਦਿੱਤੀ ਜਿਹੜੇ ਸਾਡੇ ਦੋਨਾਂ ਦਾ ਖਿਆਲ ਰੱਖਦੀ ਹੈ। ਬਸ ਸਾਡਾ ਪਿਆਰ ਅਸੀਂ ਬਣਾਈ ਰੱਖੀ, ਕਦੇ ਕਿਸੇ ਨਜ਼ਰ ਨਾ ਲੱਗੇ। ਕਿੰਨਾ ਮਰਜ਼ੀ ਕਾਹਲੀ ਕਾਹਲੀ ਕਰ ਲੈ, ਕੰਮ ਆ ਵੇਲੇ ਆ ਹੀ ਜਾਂਦਾ, ਫਿਕਰ ਦੁਪਹਿਰਾ ਹੋ ਜਾਂਦਾ। ਕਿਉਂ ਭੂਆ, ਕਿਵੇਂ ਦੇਖ ਲੈ, ਕਿਵੇਂ ਮੁਸ਼ਕਲੀਆਂ ਹੱਸਦਾ, ਮਾਂਜਾ ਮਾਰੂ ਦੰਦਾਂ ਤੇ। ਉਹ ਮੈਂ ਤਾਂ ਯਾਦ ਆ ਭੂਆ, ਕਿਉਂ ਕਰਵਾ ਲਈ ਫਿਰ ਬੇਇੱਜ਼ਤੀ? ਨਾ ਬੇਇੱਜ਼ਤੀ, ਤੁਹਾਡੇ ਖਾਤਰ ਹੀ ਬੇਇੱਜ਼ਤੀ ਕਰਾਉਣੀ ਆ ਮੈਂ? ਮੈਂ ਦੱਸ ਕੀ ਲੈਣਾ ਸੀ? ਓਏ ਕਦੋਂ ਤੂੰ ਜ਼ਮੀਨਾਂ ਜ਼ਮੀਨਾਂ ਲੈ ਕਰਦੀ ਫਿਰਦੀ, ਅਗਰ ਜ਼ਮੀਨ ਕਰੂੰ ਜ਼ਮੀਨ ਲਊ, ਹੈ ਲੈ ਲਈ ਜ਼ਮੀਨ, ਹੁਣ ਬੇਇੱਜ਼ਤੀ ਕਰਵਾ ਕੇ ਚੰਗੀ ਰਹੀ? ਨਾ ਮੈਨੂੰ ਆਏ ਦੱਸ, ਜ਼ਮੀਨ ਮੈਂ ਨਾਲ ਲੈ ਕੇ ਮਰਨਾ ਸੀ, ਤੇਰੀ ਮਾਰੇ ਤਲੇ ਮਾਰਦੀ ਫਿਰ? ਜੇ ਸੀਰਤ ਦੇ ਨਾਂ ਚੜੂਗੀ ਤਾਂ ਲਵੂ ਦੇ ਨਾਂ ਚੜੂ, ਜੇ ਲਵੂ ਦੇ ਚੜੂ ਤਾਂ ਕੰਜਰਾ ਤੇਰੇ ਨਾਂ ਚੜੂ। ਉਹ ਮੈਨੂੰ ਨੀ ਲੋੜ ਜ਼ਮੀਨ, ਠੀਕ ਹੈ ਨਾ, ਜ਼ਮੀਨ ਜ਼ਮੀਨ ਲਾ ਰੱਖੀ ਆ, ਤੂੰ ਲੈ ਲੈ ਜ਼ਮੀਨ, ਤੈਨੂੰ ਬੜਾ ਚਾਹ ਜ਼ਮੀਨ ਦਾ। ਦੇਖ ਲੈ ਗੱਲਾਂ ਤਾਂ ਮਾਰਦਾ ਵੱਡਾ ਸਿਆਣਾ ਹੋ ਕੇ, ਕਦੋਂ ਕਦਾ ਮਾਂਗਰ ਪਿਆ ਖੜਾ, ਤੂੰ ਛੇਤੀ ਵਿਆਹ ਛੇਤੀ ਵਿਆਹ, ਹੁਣ ਸਾਰੀਆਂ ਗੱਲਾਂ ਤੇ ਭੱਜਿਆ ਜਾਂਦਾ ਹੈਗਾ, ਹੁਣ ਕੱਲੀ ਮੈਂ ਛੱਡਤੀ ਵਿੱਚ। ਉਹ ਮੈਨੂੰ ਨੀ ਲੋੜ ਹੈਗੀ ਆ ਡੋਲੇ ਕਰਵਾਉਣ ਦੀ, ਨਿੱਤ ਨਵਾਂ ਕਲੇਸ਼ ਕਰਦੇ ਰਹਿੰਦੇ ਤੁਸੀਂ ਤਾਂ, ਆਖਰ ਵਿਆਹ ਕਰਵਾਉਂ ਵਿਆਹ ਕਰਵਾਉਂ, ਜੇ ਵਿਆਹ ਹੋਣਾ ਹੁੰਦਾ ਨਾ ਉਹਨੂੰ ਕਦੋਂ ਦਾ ਵਿਆਹ ਹੋ ਜਾਂਦਾ। ਤੇ ਤੂੰ ਤਾਂ ਆਪਦੀ ਮਾਂ ਤੋਂ ਵੀ ਚਾਰ ਚੰਦੇ ਉੱਤੇ ਆ, ਤੇਰੀ ਮਾਂ ਤਾਂ ਕੀ ਸੀ ਬੋਲਣ ਨੂੰ, ਤੂੰ ਉਦੋਂ ਗਾਹਾਂ ਹੈਗਾ। ਬਸ ਭੂਆ ਤੈਨੂੰ ਤਾਂ ਗੱਲਾਂ ਬੋਲਣ ਹੀ ਆਉਂਦਾ, ਉਹ ਜਿੰਨਾ ਮਰਜ਼ੀ ਬੁਲਾ ਦੇ ਤੂੰ, ਚੱਲ ਕੰਮ ਕਰ ਲਾ। ਕਰਦੀ ਆ ਕੰਮ, ਤੂੰ ਮੇਰਾ ਬਾਪ ਹੈ, ਮੈਨੂੰ ਦੱਸਣ ਨੂੰ ਵੀ ਕੰਮ ਕਰ ਲਾ। ਕੰਮ ਕਰ ਲਾ, ਸਾਰਾ ਦਿਨ ਕਿਉਂ ਭੱਖੀ ਰਹਿੰਦੀ ਆ, ਕੀ ਮਿਲਦਾ ਤੈਨੂੰ, ਫਿਰ ਦਵਾਈਆਂ ਖਾਈ ਜਾਂਦੀ ਆ। ਤੇ ਦਵਾ ਹੋ ਜਾਣਾ, ਵਗ ਜਾ ਉੱਜ ਜਾਣਾ, ਲਹੂ ਪੀਰ ਖਤਾ ਮੇਰਾ, ਮਾਂਜਾ ਮਰੂ ਟੋਟਣ ਜਾ। ਤੇ ਮੈਂ ਆਪਦੀ ਮਾਂ ਨਾਲ ਦਾ ਹੈਗਾ, ਪਹਿਲਾਂ ਤਾਂ ਉਹਨੇ ਮੇਰੇ ਗਲ ਤੇ ਗੋਡਾ ਧਰੀ ਰੱਖਿਆ, ਛੇਤੀ ਐਂ ਨਾ ਕਰਿਆ ਮੈਂ ਆਏ ਕਰ ਦੂੰ, ਜੇ ਆਏ ਨਾ ਕਰਿਆ ਮੈਂ ਆਏ ਕਰ ਦੂੰ, ਸਿਆਪੇ ਮੈਂ ਇਹਨੂੰ ਛੇੜ ਕੇ ਆ ਹੁਣ ਸਾਰੇ ਟਲਦੇ ਫਿਰਦੇ ਨੇ। ਚੱਲ ਮਨਾ, ਤਾਂ ਸਿਆਪੇ ਤੇਰੀ ਜਾਨ ਨੂੰ ਛਿੜੇ ਹੋਏ ਨੇ, ਤਈ ਕਰਨੇ ਨੇ ਸਾਰੇ ਧੰਦੇ, ਕੋਈ ਨੀ ਹੱਥ ਲਾਉਂਦਾ, ਪਸ਼ੂ ਆਕਣੀ ਮਜਾਲ ਹੈ, ਗੇੜਾ ਮਾਰ ਲੈਣ, ਆ ਗੱਲਾਂ ਨੇ ਜਿੰਨੀਆਂ ਮਰਜ਼ੀ ਮਰਵਾ ਲਓ। ਲੈ ਮੈਨੂੰ ਤਾਂ ਇਹਦੀ ਆਉਂਦੀ ਆ, ਆ ਮੈਨੂੰ ਤੀਜੇ ਦਿਨ ਮੱਤ ਦੇਣ ਬਹਿ ਜਾਂਦੇ, ਕਰਨ ਯੋਗਰਾ ਨੀ ਕੁਛ ਧਰਨ ਯੋਗਰਾ ਨੀ, ਪੁੱਤ ਖਾਣੇ ਦਾ ਟਟਿਆਣਾ ਆ ਜਾ। ਇਹਦੀ ਮਾਂ ਹੈਗੀ ਉਹ ਉਦੋਂ ਮੇਰੇ ਸਿਰ 'ਤੇ ਚੜ੍ਹ ਕੇ ਕੁੱਦਦੀ ਹੈ ਵੀ ਤੁਸੀਂ ਐਂ ਤਾਂ ਦੇਖ ਲਓ, ਆਹ ਰੱਸੇ ਮੈਂ ਤੁਹਾਡੇ ਵਾਸਤੇ ਵੱਟਦੀ ਹਾਂ, ਜਾਣ ਨੂੰ ਸੌ ਸਿਆਪੇ ਕਰਦੀ ਹਾਂ, ਕਦੇ ਨੂੰਹ ਤੋਂ ਛਿੱਤਰ ਖਾਂਦੀ ਹਾਂ, ਕਦੇ ਪੁੱਤ ਤੋਂ ਖਾਂਦੀ ਹਾਂ। ਬੰਦ ਕਰ ਭਾਂਡੇ ਮਾਂਜੇ, ਬੰਦ ਕਰ ਅਜਰਾ, ਕੀ ਗੱਲ ਹੋ ਗਿਆ? ਮੈਂ ਤੈਨੂੰ ਪਹਿਲਾਂ ਵੀ ਸਮਝਾਇਆ ਸੀਗਾ ਵੀ ਤੂੰ ਜ਼ਮੀਨ ਦੀ ਮਾਲਕਣ ਹੈ, ਹੈਂ ਤਾਂ ਤੂੰ ਤਾਂ ਮੰਜੇ ਤੇ ਬਹਿ ਕੇ ਆਰਡਰ ਮਾਰ ਵੀ ਮੇਰੇ ਵਾਸਤੇ ਚਾਹ ਲਿਆਓ, ਮੇਰੇ ਵਾਸਤੇ ਪਾਣੀ ਲਿਆਓ, ਤੇ ਆਹ ਤੂੰ ਕੀ ਕਰੀ ਜਾਂਦੀ? ਉਹ ਸੀਰਤ ਆਰਾਮ ਕਰ ਰਹੀ ਸੀ, ਸੋਚਿਆ ਚੱਲ ਰਸੋਈ ਦਾ ਮੈਂ ਕਰ ਦਿੰਦੀ ਹਾਂ। ਉਹਨਾਂ ਨੇ ਤਾਂ ਆਰਾਮ ਕਰਨਾ ਹੀ ਆ, ਹੈਂ ਨੀ ਉਹਨਾਂ ਦਾ ਤਾਂ ਉਹ ਕੰਮ ਆ, ਅਖੇ ਪੱਲੇ ਨਾ ਥੱਲੇ ਬਾਜ਼ਾਰ ਖੜੇ ਹੱਲੇ, ਨੀ ਪੈਸਾ ਤੇਰਾ
ਜ਼ਮੀਨ ਤੇਰੀ ਤੇ ਐਸ਼ ਕਰ ਉਹ ਨੀ ਤੇਰੇ ਕੋਲੇ ਸਭ ਕੁਛ ਹੈ ਆ ਦਿਮਾਗ ਤੋਂ ਕੰਮ ਲੈ ਲੈ ਹੈਂ ਨੀ ਅਗਲੀਆਂ ਬੈਠਕਾਂ ਖਾਂਦੀਆਂ ਨੇ ਤੇ ਤੇਰੇ ਕੋਲ ਸਭ ਕੁਛ ਹੋਣ ਦੇ ਬਾਵਜੂਦ ਵੀ ਤੂੰ ਅਗਲਿਆਂ ਦਾ ਗੋਲਾ ਧੰਦਾ ਭਾਂਡੇ ਮਾਂਜਣ ਲੱਗੀ ਹੋਈਆਂ ਨਾ ਇਹ ਗੱਲ ਕਿੱਧਰ ਨੂੰ ਜਾਂਦੀ ਆ ਭਲਾ ਥੱਲੇ ਨਾ ਲੱਗ ਇਹਨਾਂ ਦੇ ਨਾ ਥੱਲੇ ਲੱਗ ਇਹਨਾਂ ਦੇ ਸਿਆਣਿਆਂ ਦਾ ਕਿਹਾ ਸੱਚ ਹੁੰਦਾ ਫਿਰ ਬਾਅਦ ਚ ਪਛਤਾਇਆ ਕੁਛ ਨੀ ਬਣਦਾ ਗੱਲ ਤਾਂ ਮਾਮੀ ਜੀ ਤੁਹਾਡੀ ਠੀਕ ਆ ਆਪ ਵਿਹਲੀਆਂ ਬੈਠੀਆਂ ਆ ਜਿੱਦਣ ਦੀ ਆਈ ਆ ਸਾਰਾ ਕੰਮ ਕਾਰ ਮੈਂ ਹੀ ਕਰਦੀ ਹਾਂ ਤਾਂ ਹੀ ਤਾਂ ਮੈਂ ਤੈਨੂੰ ਕਹਿੰਦੀ ਹਾਂ ਹੈਂ ਵੀ ਦੇਖ ਭਾਈ ਮੇਰੀ ਕਹੀ ਗੱਲ ਤਾਂ ਤੈਨੂੰ ਬੁਰੀ ਲੱਗੂਗੀ ਪਰ ਮੇਰੀ ਕਹੀ ਗੱਲ 16 ਆਨੇ ਸੱਚੀ ਹੈ ਮੈਂ ਤਾਂ ਜਿਹਨੂੰ ਗੱਲ ਕਹਿਦਾ ਨਾ ਉਹ 4 ਵਾਰ ਬਹਿ ਕੇ ਸੋਚਦਾ ਵੀ ਬਲਜੀਤ ਕੌਰ ਦੀ ਗੱਲ ਕਹੀ ਕਦੇ ਖਰਾਬ ਨਹੀਂ ਜਾਂਦੀ ਹੈਂ ਪਰ ਬਾਕੀ ਭਾਈ ਦੇਖ ਅਦਰ ਤੂੰ ਚਾਹੇ ਜੋ ਮਰਜ਼ੀ ਕਰ ਮੈਂ ਕੀ ਲੈਣਾ ਜ਼ਮੀਨ ਤੇਰੀ ਚਾਹੇ ਇਹਨਾਂ ਨੂੰ ਰੋਜ਼ ਪਕਾ ਕੇ ਦੇ ਚਾਹੇ ਬੇਲੀਆਂ ਨੂੰ ਖਵਾ ਇਹਨਾਂ ਦਾ ਲੀੜਾ ਲੱਤਾ ਧੋ ਇਹਨਾਂ ਦੇ ਘਰ ਦੇ ਪੋਚੇ ਲਾ ਮੈਂ ਕੀ ਲੈਣਾ ਨਾ ਨਾ ਮਾਮੀ ਜੀ ਜ਼ਮੀਨ ਇਹਨਾਂ ਦੀ ਕਿਉਂ ਜ਼ਮੀਨ ਮੇਰੀ ਹੈ ਨਾਲੇ ਸਾਰੀ ਜ਼ਮੀਨ ਦੀ ਹੱਕਦਾਰ ਤਾਂ ਮੈਂ ਹੀ ਹਾਂ ਨਾ ਓਹੋ ਹੱਕਦਾਰ ਤਾਂ ਤੂੰ ਹੈਗੀ ਆ ਆ ਜਿਹੜੇ ਹਿਸਾਬ ਨਾਲ ਤੂੰ ਇਹਨਾਂ ਦੀਆਂ ਉਂਗਲਾਂ ਤੇ ਜੜੀ ਫਿਰਦੀ ਆ ਨਾ ਤੇਰੇ ਪੱਲੇ ਇਹਨਾਂ ਨੇ ਰਹਿਣ ਕੱਖ ਨਹੀਂ ਦੇਣਾ ਐਂ ਕਹਿੰਦੀ ਆ ਮੈਂ ਤੈਨੂੰ ਬਾਕੀ ਬਲਜੀਤ ਕੌਰ ਦਾ ਤਾਂ ਸਮਝਾਉਣਾ ਫਰਜ਼ ਹੈ ਅੱਗੇ ਤੇਰੀ ਮਰਜ਼ੀ ਜੋ ਮਰਜ਼ੀ ਕਰ ਲੈ ਭਾਈ ਇੱਕ ਗੱਲ ਮੇਰੀ ਹੋਰ ਧਿਆਨ ਨਾਲ ਸੁਣ ਲੈ ਕਿਤੇ ਆਏ ਨਾ ਹੋਵੇ ਆ ਨਿਆਣ ਪੂਣੇ ਦੇ ਵਿੱਚ ਆਪਦੇ ਪੈਰ ਤੇ ਕਹਾੜਾ ਆਪ ਹੀ ਮਾਰ ਲਈ ਤੇ ਇਹ ਬਹੁਤ ਚਲਾਕ ਨਹੀਂ ਆ ਕਿਤੇ ਇਹ ਨਾ ਹੋਵੇ ਸਾਰੀ ਜ਼ਮੀਨ ਤੇ ਤੋਂ ਹੜੱਪ ਲੈਣ ਤੇ ਤੈਨੂੰ ਫੂਕ ਮਾਰ ਕੇ ਡਾ ਦੇਣ ਕੀ ਸੋਚੀ ਅੰਨਾ ਬਾਵੇ ਸੋਚਣਾ ਕੀ ਹੈ ਲਵੂ ਬਸ ਇਹ ਸੋਚ ਰਿਹਾ ਯਾਰ ਕਿੰਨਾ ਚਿਰ ਹੋ ਗਿਆ ਦਿਲਾਂ ਨਾ ਆਪਣੀ ਵਿਆਹ ਦੀ ਗੱਲ ਅੱਗੇ ਵਧੀ ਨਹੀਂ ਰਹੀ ਗੱਲਾਂ ਜ਼ਰੂਰ ਹੋ ਰਹੀਆਂ ਨੇ ਵੀ ਵਿਆਹ ਹੋਣਾ ਆਪਣਾ ਵਿਆਹ ਹੋਣਾ ਪਰ ਹੋਣਾ ਕਦੋਂ ਇਹ ਪਤਾ ਨਹੀਂ ਲੱਗ ਰਿਹਾ ਯਾਰ ਕਦੇ ਕੋਈ ਡਿੱਕਾ ਲੱਗ ਜਾਂਦਾ ਕਦੇ ਕੋਈ ਡਿੱਕਾ ਲੱਗ ਜਾਂਦਾ ਬਾਵੇ ਵਿਆਹ ਤਾਂ ਹੋ ਹੀ ਜਾਣਾ ਪਰ ਹਾਂ ਹਲੇ ਮੇਰੇ ਭਰਾ ਦੀ ਹੁਣੇ ਹੁਣੇ ਡੈਥ ਹੋਈ ਹੈਗੀ ਤੈਨੂੰ ਵੀ ਪਤਾ ਥੋੜ੍ਹਾ ਟਾਈਮ ਤਾਂ ਇਹ ਗੱਲ ਕਰਦੇ ਆਪਾਂ ਸੋਹਣੇ ਵੀ ਨਹੀਂ ਲੱਗਦੇ ਪਰ ਹਾਂ ਮੈਂ ਤੈਨੂੰ ਇੱਕ ਗੱਲ ਜ਼ਰੂਰ ਪੁੱਛੂੰਗੀ ਦੇਖ ਸ਼ਿਵ ਦੀ ਮੰਮੀ ਅਤੇ ਮੇਰੀ ਮਾਸੀ ਸਾਰਾ ਦਿਨ ਜ਼ਮੀਨ ਦੀਆਂ ਗੱਲਾਂ ਕਰਦੇ ਰਹਿੰਦੇ ਨੇ ਕਿਤੇ ਵਿਆਹ ਤੋਂ ਬਾਅਦ ਤੁਸੀਂ ਤਾਂ ਨਹੀਂ ਜ਼ਮੀਨ ਦਾ ਲਾਲਚ ਕਰਦੇ ਕਿਤੇ ਤੁਸੀਂ ਮੈਨੂੰ ਸੀਰਤ ਵਾਂਗੂ ਤੰਗ ਕਰਨ ਲੱਗ ਜਾਓ ਲਵੂ ਕਮਾਲ ਕਰਦੀਆਂ ਯਾਰ ਆਹ ਕਿਹੋ ਜਿਹੀ ਗੱਲ ਕਹਿਤੀ ਉਹ ਕਮਲੇ ਮੈਂ ਤੈਨੂੰ ਪਿਆਰ ਕਰਿਆ ਤੇਰੀ ਜ਼ਮੀਨ ਨੂੰ ਥੋੜ੍ਹੀ ਕਰਿਆ ਮੈਂ ਭਲਾ ਤੇਰੀ ਜ਼ਮੀਨ ਪਿੱਛੇ ਕਿਉਂ ਭੱਜੂਗਾ ਮੈਂ ਜ਼ਮੀਨ ਦਾ ਲਾਲਚ ਕਿਉਂ ਕਰਨਾ ਦੇਖ ਬਾਵੇ ਮੈਂ ਤੈਨੂੰ ਹੁਣੇ ਕਲੀਅਰ ਕਰ ਦਿੰਦੀ ਹੈਗੀ ਵੀ ਵਿਆਹ ਤੋਂ ਬਾਅਦ ਮੈਥੋਂ ਇੱਦਾਂ ਦੀ ਕੋਈ ਉਮੀਦ ਨਾ ਰੱਖੀ ਉਸ ਜ਼ਮੀਨ 'ਤੇ ਹੱਕ ਸਿਰਫ ਮੇਰੀ ਭਾਬੀ ਦਾ ਅਤੇ ਮੇਰੀ ਭੈਣ ਦਾ ਉਸ ਜ਼ਮੀਨ ਬਾਰੇ ਸੋਚੀ ਵੀ ਨਾ ਮੇਰੇ ਭਰਾ ਨੇ ਬਹੁਤ ਮਿਹਨਤ ਕਰਕੇ ਜ਼ਮੀਨ ਬਣਾਈ ਹੈ ਅਤੇ ਉਹਦੇ ਜਾਣ ਤੋਂ ਬਾਅਦ ਉਹਦੀ ਹੱਕਦਾਰ ਸਿਰਫ ਭਾਬੀ ਅਤੇ ਸੀਰਤ ਨੇ ਮੈਨੂੰ ਤੇਰਾ ਪਿਆਰ ਚਾਹੀਦਾ ਦੇਖ ਤੂੰ ਨਾ ਇੱਦਾਂ ਦਾ ਕੋਈ ਲਾਲਚ ਕਰ ਜੀ ਜੇ ਲਾਲਚ ਹੈ ਤਾਂ ਮੈਨੂੰ ਹੁਣੇ ਦੱਸ ਦੇ ਹਾਂ ਲਵੂ ਲਾਲਚ ਹੈ ਮੈਨੂੰ ਲਾਲਚ ਹੈ ਪਰ ਤੇਰੀ ਜ਼ਮੀਨ ਦਾ ਨਹੀਂ ਤੈਨੂੰ ਪਾਉਣ ਦਾ ਤੇਰੇ ਪਿਆਰ ਦਾ ਲਾਲਚ ਹੈ ਯਾਰ ਮੈਨੂੰ ਮੈਂ ਤੈਨੂੰ ਪਾਉਣਾ ਚਾਹੁੰਦਾ ਤੂੰ ਇੱਕ ਗੱਲ ਸੋਚ ਕੇ ਤਾਂ ਦੇਖ
ਹੋ ਮੈਨੂੰ ਤੇਰੇ ਨਾਲ ਉਦੋਂ ਪਿਆਰ ਸੀਗਾ ਜਦੋਂ ਫਤਿਹ ਵੀਰਾ ਜਿੰਦਾ ਸੀਗਾ, ਇਸ ਦੁਨੀਆਂ 'ਤੇ ਹੈਗਾ ਸੀਗਾ। ਹੁਣ ਜੇ ਉਹ ਚਲਾ ਗਿਆ ਤੈਨੂੰ ਕੀ ਲੱਗਦਾ ਮੈਂ ਤੈਨੂੰ ਭੁੱਲ ਭੁਲਾ ਕੇ ਤੇਰੀ ਜ਼ਮੀਨ ਨਾਲ ਪਿਆਰ ਕਰੂੰਗਾ? ਨਾ ਕਮਲੀ, ਪਿਆਰ ਸਿਰਫ ਰੂਹਾਂ ਦਾ ਹੁੰਦਾ, ਜ਼ਮੀਨਾਂ ਜਾਇਦਾਦਾਂ ਨਾਲ ਪਿਆਰ ਥੋੜ੍ਹੀ ਹੁੰਦੇ ਨੇ। ਪਿਆਰ ਮੈਂ ਤੈਨੂੰ ਕਰਦਾ, ਹਮੇਸ਼ਾ ਕਰਦਾ ਰਹੂੰਗਾ। ਗੋਹਾ ਸਿੱਟ ਕੇ ਹਟੀਆਂ ਸੁੰਬਰ ਕੇ, ਫਿਰ ਮੈਂ ਸੰਨੀ ਦਾ ਵੀ ਕੰਮ ਨਮੇੜ ਜਾ। ਆਹੋ ਨਗਾ ਸੁਣ ਮੇਰੀ ਨੀ, ਤੂੰ ਕਿਹੜਾ ਕੱਲੀ ਦੁੱਧ ਪੀਨੀ ਆ, ਤੂੰ ਕਿਹੜਾ ਕੱਲੀ ਰੋਟੀ ਖਾਣੀ ਆ, ਅੰਮਾ ਜੀ ਤਾਂ ਤੇਰੀ ਨੀ ਸਮਝ ਆਉਂਦੀ ਭਾਈ। ਥੋੜਾ ਤਾਂ ਨਾ ਸਾਰੇ ਟੱਬਰ ਦਾ ਆਵਾ ਹੀ ਉੱਤਿਆ ਪਿਆ ਜਾਏ ਖਾਣੇ ਦਾ, ਨਾ ਉਹ ਉੱਥੇ ਆਏ ਬੈਠੀਆਂ ਨੇ ਮਹਾਰਾਣੀਆਂ ਬਣੀਆਂ, ਉਹਨਾਂ 'ਚ ਇੱਕ ਜਾਣੀ ਨੂੰ ਲਿਆ ਕੇ ਕੰਮ ਨਾਲ ਕਰਵਾ ਲੈ। ਹੈ ਟੁੱਟੇ ਹੋਏ ਉਹਨਾਂ ਦੇ ਖਾਣ ਪਰ ਤਾਂ ਬਥੇਰਾ ਗੜਕੜ ਗੜਕੜ ਕਰਕੇ ਖਾ ਜਾਂਦੀਆਂ ਨੇ। ਨਹੀਂ ਬਸ ਭਾਬੀ, ਜੇ ਉਹ ਕੰਮ ਕਰਨ ਵਾਲੀਆਂ ਹੋਣ ਫਿਰ ਕਾਹਦੀਆਂ ਗੱਲਾਂ ਨੇ, ਤਾਂ ਗੱਲਾਂ ਵਾਲੀਆਂ ਹੀ ਨੇ। ਨਾਲੇ ਇਹ ਤਾਂ ਮੇਰੇ ਹੀ ਗਲ ਪਿਆ ਹੋਇਆ ਧੰਦਾ, ਇਹ ਤਾਂ ਮੈਨੂੰ ਹੀ ਗਲ ਪਿਆ ਢੋਲ ਵਜਾਉਣਾ ਪਊ। ਇਹ ਢੋਲ ਤਾਂ ਤੈਨੂੰ ਹੁਣ ਜਿਹੜਾ ਵਜਾਉਣਾ ਪੈਣਾ ਵਜਾਉਣਾ ਹੀ ਪੈਣਾ, ਪਰ ਢੋਲ ਤੂੰ ਪਾਇਆ ਗਲ ਆਪ ਹੀ ਹੈ। ਜੇ ਕਿਤੇ ਆਈ ਨੂੰ ਨਾਲ ਗਜਾਇਆ ਹੁੰਦਾ ਕੰਮ ਕਰਨ ਤੇ ਹੁਣ ਨੂੰ ਤੱਕਲੇ ਵਾਂਗੂ ਸਿੱਧੀ ਹੋਈ ਪਈ ਹੁੰਦੀ, ਪਰ ਰੌਲਾ ਵੀ ਇਹ ਆ ਭਾਈ, ਆਉਂਦੀ ਤਾਂ ਹੀ ਕਹੀ ਜਾਣਗੇ ਆ ਜਾ ਛੇਮਲੇ ਘੁੰਮੇ ਆ ਗਏ, ਆ ਜਾ ਡਲਹੌਜੀ ਘੁੰਮੇ ਆਈਏ। ਉਹ ਡਲਹੌਜੀ ਦੇ ਚੱਕਰਾਂ ਚੱਕਰਾਂ ਚੱਕਲੀਆਂ ਇਹ ਵੀ ਨੀ ਕਰਦੀਆਂ, ਮੁੜ ਕੇ ਸਿਰ ਚੜ ਜਾਂਦੀਆਂ ਨੇ। ਛੱਡ ਭਾਬੀ ਤੂੰ ਇਹ ਗੱਲਾਂ, ਕਾਹਨੂੰ ਭਾਈਆਂ ਪਿੱਟੀਆਂ 'ਚ ਗੱਲਾਂ ਮਾਰਨੀ ਹੈਗੀ, ਤੂੰ ਨਾ ਮੇਰੀ ਗੱਲ ਸੁਣ। ਹਾਂ ਅੱਜ ਤਾਂ ਮੈਂ ਅਮਨ ਨੂੰ ਕਚਹਿਰੀ ਭੇਜੇ ਦੇਣਾ ਸੀ, ਆ ਬਾਹਣ ਜਾਂ ਨਾ ਚੜੇ ਜਾਂਦਾ ਬਸ। ਨੀ ਬਸ ਕਰ ਜੈ, ਕਿੰਨਾ ਚਿਰ ਹਵਾ 'ਚ ਤੀਰ ਮਾਰੇਗੀ ਕਿਰਨਾ, ਹੁਣ ਤੱਕ ਤੇਰੀਆਂ ਜਿੰਨਾ ਗੱਲਾਂ ਹੋਈਆਂ ਨਾ ਸਾਰਿਆਂ 'ਚ ਲਿਫਾਫਾ ਹੀ ਨਿਕਲਿਆ, ਹਵਾ ਹੀ ਨਿਕਲੀ ਆ। ਆ ਗੱਲ ਸੁਣ ਮੇਰੀ, ਹੁਣ ਗੱਲ ਤਾਂ ਸਿਰੇ ਮੈਂ ਲਾ ਕੇ ਛੱਡੂੰਗੀ, ਆ ਤੂੰ ਤਾਂ ਵੇਲਾ ਖਿਝਾ ਤਾ, ਪਰ ਮੈਂ ਵੇਲਾ ਨਹੀਂ ਖਿਝਾਉਂਦੀ। ਆ ਜਾ ਕਿਤੇ ਮੇਰੇ ਹੱਥੋਂ ਸਮਾਂ ਨਿਕਲ ਗਿਆ ਨਾ, ਪਰ ਮੈਨੂੰ ਵੀ ਬਲਜੀਤ ਕੌਰ ਕੀ ਨੇ ਕਹਿਣਾ, ਤੂੰ ਆਹ ਕੰਮ ਕਰ ਲਾ ਇਸੇ ਜੋਗੀ ਆ, ਰਹਿਣ ਦੇ ਫੜਾ ਮਾਰਨ ਆਏ ਬਈ। ਲੈ ਆ ਮੈਨੂੰ ਤੀਜੇ ਦੇਣੀ ਕੁਛ ਨਾ ਕੁਛ ਸੁਣਾ ਦੇ, ਇਹ ਹੁਣ ਕੀ ਕਰੂਗੀ? ਆਖੇ ਮਾਈ ਨੀ ਬੇੜਾ ਪੁੰਜਣ ਦਿੰਦੀ, ਇਹਦਾ ਨੀ ਪਤਾ ਕੀ ਸਕੀਮ ਲਾ ਦੇ ਭਾਈ, ਇਹਦਾ ਦਿਮਾਗ ਇਹੀ ਜਾਣੇ। ਚੱਲ ਮਨਾ ਤੂੰ ਕਾਹਨੂੰ ਉਲਝਦੀ, ਤੂੰ ਤਾਂ ਨਿਮੇੜ ਕੰਮ ਲੈ। ਚੰਗਾ ਕੁੜੇ, ਮੈਂ ਤਾਂ ਮੈਨੂੰ ਆਈ ਨੀ ਸੀਰਤ, ਇੱਕ ਗੱਲ ਤਾਂ ਚੱਲ ਵਧੀਆ ਹੋਈ, ਜੀਰੀ ਜੂਰੀ ਲੱਗ ਗਈ। ਹਾਂਜੀ ਇਹ ਗੱਲ ਤਾਂ ਬਹੁਤ ਵਧੀਆ ਹੋਈ ਵੀ ਟਾਈਮ ਨਾਲ ਹੀ ਕੰਮ ਨਿਬੜ ਗਿਆ, ਪਰ ਮੈਂ ਤੁਹਾਨੂੰ ਐਂ ਕਹਿੰਦੀ ਸੀ ਵੀ ਤੁਸੀਂ ਇਕੱਲੇ ਖੇਤਾਂ 'ਚ ਮੱਥਾ ਮਾਰਦੇ ਰਹਿੰਦੇ ਹੋ, ਕੋਈ ਦਿਹਾੜੀਦਾਰ ਬੰਦਾ ਰੱਖ ਲਓ। ਉਹ ਯਾਰ ਹੁਣ ਪਿੰਡ ਨਹੀਂ ਇਹ ਹੈਗੇ, ਇਹ ਤਾਂ ਸ਼ਹਿਰ ਬਣ ਗਏ, ਹੁਣ ਨਹੀਂ ਦਿਹਾੜੀਦਾਰ ਬੰਦਾ ਮਿਲਦਾ ਉਰੇ। ਪਹਿਲਾਂ ਤਾਂ ਮੁੰਡੇ ਵਿਹਲੇ ਹੁੰਦੇ ਸੀ, ਪਰ ਹੁਣ ਤਾਂ ਅੱਧੇ ਪੜ੍ਹ ਲਿਖ ਕੇ ਪੱਕੇ ਕੰਮਾਂ 'ਤੇ ਲੱਗ ਗਏ, ਅੱਧੇ ਬਾਹਰ ਨੂੰ ਜਾਈ ਜਾਂਦੇ ਨੇ, ਹੈਂ ਬੰਦਾ ਕਿੱਥੇ ਮਿਲ ਜੂਗਾ। ਗੱਲ ਤਾਂ ਤੁਹਾਡੀ ਸਹੀ ਹੈ, ਫਿਰ ਵੀ ਨਾ ਸ਼ੁਕਰ ਹੈ ਇੱਥੇ ਬਾਵਾ ਹੈਗਾ, ਬਾਵੇ ਨੇ ਕੰਮ ਕਰਾਤਾ ਮੇਰੇ ਨਾਲ, ਰਲ ਮਿਲ ਕੇ ਸਾਰਾ ਕੰਮ ਨਿਬੇੜਤਾ ਸੀ, ਮੈਂ ਘੱਟ ਹੀ ਔਖਾ ਹੋਇਆ। ਹਾਂ ਬਾਵਾ ਸਾਊ ਹੈ, ਤਾਂ ਹੀ ਤਾਂ ਵਿਚਾਰਾ ਮੇਰੇ ਨਾਲ ਕੰਮ 'ਤੇ ਲੱਗਿਆ ਰਹਿੰਦਾ। ਹੋਰ ਸੀਰਤ, ਹਾਂਜੀ ਇੱਕ ਚੀਜ਼ ਨਾ ਹੋਰ ਚੱਲੀ ਜਾਂਦੀ ਹੈ ਮੇਰੇ ਦਿਮਾਗ 'ਚ, ਕੀ ਕਰੀਏ ਆਪਾਂ? ਜ਼ਮੀਨ ਨੂੰ ਲੈ ਕੇ ਨਾ ਮੈਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਰਹੀ ਹੈ ਵੀ ਜ਼ਮੀਨ ਦਾ ਆਪਾਂ ਕਰਾਂਗੇ ਕੀ। ਮੈਂ ਤਾਂ ਇਹ ਸੋਚੀ ਜਾਂਦਾ ਵੀ ਜ਼ਮੀਨ ਦਾ ਬਟਵਾਰਾ ਤਾਂ ਦੇਖ ਹੋਊਗਾ, ਵੀ ਆਪਾਂ ਕੀ ਜਵਾਬ ਦੇਵਾਂਗੇ?
ਆਪਾਂ ਵੀ ਹਿੱਸੇਦਾਰ ਹੋਵਾਂਗੇ। ਤੇਰਾ ਕੀ ਕਹਿਣਾ? ਮੇਰਾ ਤਾਂ ਇਹੀ ਕਹਿਣਾ, ਮੈਨੂੰ ਜ਼ਮੀਨ ਦਾ ਕੋਈ ਲਾਲਚ ਨਹੀਂ ਹੈ। ਫਤਿਹ ਵੀਰੇ ਤੋਂ ਬਾਅਦ ਭਾਬੀ ਸਾਰੇ ਘਰ ਨੂੰ ਸਾਂਭੀ ਜਾਂਦੀ ਹੈ। ਮੈਨੂੰ ਤਾਂ ਇਹੀ ਬਹੁਤ ਹੈ, ਚਾਹੇ ਸਾਰੀ ਜ਼ਮੀਨ ਭਾਬੀ ਦੇ ਹਿੱਸੇ ਆ ਜਾਏ, ਮੈਨੂੰ ਕੋਈ ਇਸ਼ੂ ਨਹੀਂ। ਮੈਨੂੰ ਵੀ ਇਹੀ ਆਸ ਸੀ ਤੇਰੇ ਤੋਂ। ਦੇਖ, ਲਾਲਚ ਤਾਂ ਮੇਰੇ ਵੀ ਦਿਮਾਗ 'ਚ ਕੋਈ ਨਹੀਂ, ਪਰ ਮੈਨੂੰ ਇਹ ਆ ਵੀ ਜੇ ਇੱਕ ਪਾਸੇ ਵਿਆਹ ਸਿਕੰਦਰ ਨਾਲ ਹੋ ਗਿਆ, ਫਿਰ ਮਾਮੀ ਨੇ ਜ਼ਮੀਨ ਨਹੀਂ ਛੱਡਣੀ। ਮੈਨੂੰ ਤਾਂ ਇਹ ਵੀ ਲੱਗੀ ਜਾਂਦਾ ਕਿਤੇ ਮਾਮੀ ਦੇ ਦਿਮਾਗ 'ਚ ਨਾ ਆਹੀ ਨਾ ਹੋਵੇ ਵੀ ਲਵੂ ਨਾਲ ਰਿਸ਼ਤਾ ਮੈਂ ਤਾਂ ਹੀ ਕਰਾਉਣਾ ਹੁਣ ਪੱਕਾ ਜੇ ਮੈਨੂੰ ਜ਼ਮੀਨ ਮਿਲੂ। ਪਹਿਲੀ ਗੱਲ ਤਾਂ ਇਹ ਸ਼ਿਵ, ਮੈਂ ਸਿਕੰਦਰ ਨਾਲ ਤਾਂ ਰਿਸ਼ਤਾ ਹੋਣ ਨਹੀਂ ਦਿੰਦੀ, ਚਾਹੇ ਉਹਦੇ ਲਈ ਮੈਨੂੰ ਕੁਛ ਵੀ ਕਰਨਾ ਪਵੇ, ਹੋਊਗਾ ਤਾਂ ਰਿਸ਼ਤਾ ਬਾਵੇ ਨਾਲ ਹੀ। ਮੈਂ ਮੰਨਦਾ ਇਹ ਗੱਲ ਤੇਰੀ, ਪਰ ਤੈਨੂੰ ਭੂਆ 'ਤੇ ਇੰਨਾ ਵਿਸ਼ਵਾਸ ਹੈਗਾ ਵੀ ਭੂਆ ਜ਼ਮੀਨ ਨਹੀਂ ਮੰਗੂਗੀ? ਕਿਸੇ ਦਾ ਕੁਛ ਨਹੀਂ ਪਤਾ ਹੁੰਦਾ ਕੌਣ ਕਦੋਂ ਬਦਲ ਜੇ, ਫਿਰ ਭਲਾ ਕੀ ਕਰਾਂਗੇ ਆਪਾਂ ਜੀ? ਮੈਨੂੰ ਨਹੀਂ ਲੱਗਦਾ ਵੀ ਆਪਣੀ ਭੂਆ ਇਹੋ ਜਿਹੀ ਹੈਗੀ ਹੈ ਜਿਵੇਂ ਦੀ ਮਾਮੀ ਅਤੇ ਮੰਮੀ ਨੇ। ਹਾਂ ਚੱਲ, ਬਸ ਮੈਂ ਤਾਂ ਇਹੀ ਕਨਫਰਮ ਕਰਨਾ ਸੀ ਵੀ ਤੇਰੇ ਦਿਮਾਗ 'ਚ ਲਾਲਚ ਤਾਂ ਨਹੀਂ ਹੈਗਾ। ਮੇਰੇ ਦਿਮਾਗ 'ਚ ਕਿਸੇ ਚੀਜ਼ ਦਾ ਵੀ ਕੋਈ ਲਾਲਚ ਨਹੀਂ ਹੈਗਾ, ਮੈਨੂੰ ਤਾਂ ਫਤਿਹ ਵੀਰੇ ਦੀ ਬਾਹਲੀ ਟੈਨਸ਼ਨ ਸੀਗੀ, ਉਹਨਾਂ ਦੇ ਜਾਣ ਮਗਰੋਂ ਭਾਬੀ ਦਾ ਕੀ ਬਣੂਗਾ, ਪਰ ਭਾਬੀ ਵਿਚਾਰੀ ਬਾਹਲੀ ਚੰਗੀ ਹੈ, ਸਾਨੂੰ ਦੋਨਾਂ ਨੂੰ ਸਾਂਭੀ ਬੈਠੀ ਹੈ, ਅਤੇ ਫਸਟ ਆਫ ਆਲ ਲਵੂ, ਲਵੂ ਦਾ ਰੋ ਰੋ ਬੁਰਾ ਹਾਲ ਹੋਇਆ ਪਿਆ, ਭਾਬੀ ਨੇ ਬਥੇਰਾ ਸਾਂਭਿਆ, ਹੁਣ ਮੈਨੂੰ ਹੈ ਵੀ ਸਾਰੀ ਜ਼ਮੀਨ ਨਾ ਭਾਬੀ ਨੂੰ ਮਿਲ ਜੇ। ਕੋਈ ਨਹੀਂ, ਜਦੋਂ ਵੀ ਕੋਈ ਗੱਲ ਹੁੰਦੀ ਹੈ ਮੈਂ ਪੱਖ ਵੀ ਰੱਖੂੰਗਾ ਵੀ ਜਦੋਂ ਉਹ ਘਰ ਸਾਂਭਦੀ ਹੈ ਤਾਂ ਜ਼ਮੀਨ ਦੀ ਹੱਕਦਾਰ ਵੀ ਉਹੀ ਹੈ, ਜੇ ਛੱਡ ਛੁਡਾ ਕੇ ਪੇਕੇ ਜਾ ਕੇ ਬਹਿ ਜਾਂਦੀ ਆਪਣੇ ਘਰੇ ਤਾਂ ਜਿੰਦਾ ਲੱਗ ਜਾਂਦਾ ਨਾ। ਗੱਲ ਤਾਂ ਉਹੀ ਹੈ ਤੁਹਾਡੀ, ਚੱਲ ਦੇਖਦੇ ਆ ਕੀ ਬਣਦਾ। ਕੀ ਗੱਲ ਮਾਂ, ਸਾਰਿਆਂ ਤੋਂ ਅੱਡ ਜੋ ਕੇ ਕਿਵੇਂ ਪਈਆਂ ਉਰੇ? ਆਜਾ ਪੁੱਤ, ਮੈਂ ਤਾਂ ਨਾ ਉਈ ਬਹਿ ਗਈ, ਇੱਧਰ ਹਵਾ ਜੀ ਲੱਗਦੀ ਸੀ, ਉਹ ਤਾਂ ਤੈਨੂੰ ਪਤਾ ਏ ਸੀ 'ਚ ਬਹਿ ਜਾਂਦੇ ਨੇ ਸਾਰੇ, ਤੁਸੀਂ ਬਹਿ ਜਾਂਦੇ ਭਾਈ, ਮੈਨੂੰ ਨਹੀਂ ਦੇਖੋ ਦੀ ਹਵਾ ਜੀ ਘੱਟ ਚੰਗੀ ਲੱਗਦੀ ਮੈਨੂੰ ਤਾਂ। ਹਾਂ ਮਾਂ, ਇਹ ਤਾਂ ਚੱਲ ਗੱਲ ਹੈ। ਤੂੰ ਕਿੱਧਰੋਂ ਆਏਗਾ? ਮੈਂ ਤਾਂ ਇੱਥੇ ਸੀ ਮਾਂ। ਚਾਹ ਪਾਣੀ ਰੋਟੀ ਟੁੱਕ ਖਾ ਪੀ ਲਿਆ? ਹਾਂ ਮਾਂ, ਰੋਟੀ ਟੁੱਕ ਤਾਂ ਖਾ ਲਿਆ, ਮੈਂ ਨਾ ਤੈਨੂੰ ਇੱਕ ਗੱਲ ਕਰਨੀ ਸੀ। ਹਾਂ ਪੁੱਤ, ਕਰ ਗੱਲ। ਕਿਹੜੀ ਗੱਲ ਕਰਨੀ ਮੇਰੇ ਪੁੱਤ ਨੇ? ਮੈਨੂੰ ਲਵੂ ਮਿਲੀ ਸੀ ਮਾਂ ਹੁਣ, ਤੇ ਲਵੂ ਨੇ ਮੇਰੇ ਨਾਲ ਹੋਰ ਚ ਗੱਲਾਂ ਕਰਨ ਲੱਗੀ, ਮੈਂ ਤਾਂ ਹੈਰਾਨ ਆ ਵੀ ਲਵੂ ਹੀ ਸੀ ਮੇਰੇ ਨਾਲ ਗੱਲਾਂ ਕਰ ਰਹੀ ਸੀ ਜਾਂ ਕੋਈ ਹੋਰ ਸੀਗਾ। ਹੋਰ ਹੀ ਗੱਲਾਂ ਕਰਨ ਲੱਗੀ? ਮੈਨੂੰ ਪਤਾ ਕੀ ਕਹਿੰਦੀ ਮਾਂ, ਕਹਿੰਦੀ ਕਿਤੇ ਬਾਵੇ ਤੂੰ ਮੇਰੇ ਨਾਲ ਵਿਆਹ ਸਾਡੀ ਜ਼ਮੀਨ ਕਰਕੇ ਤਾਂ ਨਹੀਂ ਕਰਾ ਰਿਹਾ ਵੀ ਜ਼ਮੀਨ ਦਾ ਮਾਲਕ ਤੂੰ ਬਣ ਜਾਏਗਾ। ਅੱਛਾ, ਮੈਂ ਤਾਂ ਮਾਂ ਹੈਰਾਨ ਰਹਿ ਗਿਆ, ਹੱਕਾ ਪੱਕਾ ਰਹਿ ਗਿਆ ਵੀ ਹੁਣ ਇਸ ਗੱਲ ਦਾ ਕੀ ਜਵਾਬ ਦੇਵਾਂ। ਮਾਂ ਤੂੰ ਆਪ ਹੀ ਦੱਸ ਮੈਂ ਕੀ ਕਹਿੰਦਾ ਹੁਣ ਇਸ ਗੱਲ 'ਤੇ। ਜਵਾਬ ਤਾਂ ਪੁੱਤ ਤੂੰ ਇੱਕੋ ਹੀ ਦੇ ਵੀ ਮੈਨੂੰ ਤੇਰੀ ਜ਼ਮੀਨ ਦਾ ਕੀ ਲਾਲਚ ਹੈ। ਨਾਲੇ ਦੇਖ ਮੇਰੀ ਗੱਲ ਸੁਣ, ਜਦੋਂ ਤੁਹਾਡਾ ਰਿਸ਼ਤਾ ਜੁੜਿਆ ਸੀ ਉਦੋਂ ਕਿਤੇ ਜ਼ਮੀਨ ਸੀ ਵਿੱਚ ਤੁਹਾਡੇ ਰਿਸ਼ਤੇ ਦੇ? ਫਤਿਹ ਸੀਗਾ ਘਰ ਬਾਰ ਸਾਂਭਣ ਵਾਲਾ, ਅਤੇ ਆਪਾਂ ਨੂੰ ਤਾਂ ਪੁੱਤ ਇਹੋ ਜਿਹਾ ਕੋਈ ਲਾਲਚ ਹੀ ਨਹੀਂ। ਮੈਂ ਤਾਂ ਸਿਰਫ ਐਂ ਦੇਖਦੀ ਹਾਂ ਵੀ ਮੇਰਾ ਪੁੱਤ ਖੁਸ਼ ਰਹੇ, ਲਵੂ ਖੁਸ਼ ਹੈ ਨਾਲ ਤੇਰੇ, ਤੂੰ ਖੁਸ਼ ਹੈ, ਆਪਾਂ ਨੇ ਜ਼ਮੀਨ ਤੋਂ ਕੀ ਕਰਾਉਣਾ। ਇਹੀ ਗੱਲ ਮਾਂ ਲੱਭਣ ਨੂੰ ਮੈਂ ਕਹੀ ਵੀ ਸਾਨੂੰ ਕੋਈ ਜ਼ਮੀਨ ਦਾ ਲਾਲਚ ਥੋੜ੍ਹੀ ਆ ਵੀ ਉਦੋਂ ਤਾਂ ਫਤਿਹ ਵੀਰਾ ਹੈਗਾ ਸੀ ਨਾ ਜਦੋਂ ਆਪਣੇ ਵਿਆਹ ਦੀ ਗੱਲ ਚੱਲਦੀ ਪਈ ਸੀ ਜਦੋਂ, ਪਰ ਪਤਾ ਨਹੀਂ ਹੋਏ ਉਹਦੇ ਕੰਨ ਕਿਹਨੇ ਭਰਤੇ, ਉਹ ਤਾਂ ਜਮਾਂ ਬਦਲੀ ਪਈ ਆ। ਕੰਨ ਭਰਨਾ ਇੱਥੇ ਕੋਈ ਤੋੜਾ ਨਹੀਂ ਪੁੱਤ, ਪਰ ਕੋਈ ਗੱਲ ਨਹੀਂ
ਜਿਹੜਾ ਸੱਚੇ ਦਿਲੋਂ ਰਿਸ਼ਤਾ ਹੁੰਦਾ ਨਾ, ਉਹਨੂੰ ਉਹ ਪਰਮਾਤਮਾ ਜੋੜ ਕੇ ਰੱਖਦਾ, ਉਹਦਾ ਸਾਥ ਪਰਮਾਤਮਾ ਦਿੰਦਾ ਪੁੱਤ। ਚੱਲ ਕੋਈ ਨਾ ਪੁੱਤ, ਤੂੰ ਨਾ ਦਿਲ ਹੌਲਾ ਕਰ, ਲੱਭੂ ਸਮਝ ਜੂਗੀ। ਕੋਈ ਗੱਲ ਨਹੀਂ, ਨਿਆਣੀ ਹੈ, ਕੋਈ ਉਰਾਂ ਪਰਾਂ ਤੋਂ ਦਿਮਾਗ 'ਚ ਗੱਲ ਆ ਗਈ ਹੋਣੀ। ਆਪਾਂ ਉਹਨੂੰ ਬੈਠ ਕੇ ਸਮਝਾਵਾਂਗੇ ਵੀ ਅਸੀਂ ਨੇ ਜ਼ਮੀਨ ਜਾਇਦਾਦ ਕੀ ਕਰਨੀ, ਆਪਣੇ ਕੋਲ ਤਾਂ ਆਪਣੀ ਬਥੇਰੀ ਹੈ ਸੁੱਖ ਨਾਲ। ਹਾਂ ਮਾਂ, ਹੋਏ ਆਪਾਂ ਉਹਨਾਂ ਦੀ ਜ਼ਮੀਨ ਭਲਾਂ ਕੀ ਕਰਨੀ ਆ, ਨਾਲੇ ਮੈਂ ਪਿਆਰ ਲਵੋ ਨੂੰ ਕਰਿਆ, ਉਹਦੀ ਜ਼ਮੀਨ ਨੂੰ ਨਹੀਂ। ਨਾਲੇ ਪੁੱਤ, ਜਿਹੜਾ ਪਰਮਾਤਮਾ ਨੇ ਆਪਦੇ ਘਰੇ ਦਿੱਤਾ ਹੁੰਦਾ, ਜੇ ਉਹਦੇ ਨਾਲ ਨਾ ਰੱਜਿਆ ਫਿਰ ਬਗਾਨੇ ਉਰਾਂ ਪਰਾਂ ਵਾਲੀਆਂ ਜ਼ਮੀਨਾਂ ਨਾਲ ਥੋੜ੍ਹੀ ਢਿੱਡ ਭਰਦਾ। ਸਹੀ ਗੱਲ ਆ ਮਾਂ, ਜਿੰਨਾ ਪਰਮਾਤਮਾ ਆਪਦੇ ਘਰੇ ਦਿੰਦਾ ਉਸੇ 'ਚ ਖੁਸ਼ ਰਹੇ, ਉਸੇ 'ਚ ਪੁੱਤ ਪਰਮਾਤਮਾ ਵੀ ਸਾਥ ਦਿੰਦਾ, ਆਪਣਾ ਬਰਕਤ ਪਾਉਂਦਾ। ਚੱਲ ਠੀਕ ਆ ਮਾਂ, ਹੁਣ ਨਾ ਤੇਰੇ ਨਾਲ ਗੱਲ ਕਰਕੇ ਮੇਰਾ ਮਨ ਜਾਹਲਾ ਹੋ ਗਿਆ, ਨਹੀਂ ਮੈਨੂੰ ਤਾਂ ਟੈਨਸ਼ਨ ਹੋਈ ਪਈ ਸੀ ਵੀ ਲਵੋ ਇਹੋ ਜਿਹੀਆਂ ਗੱਲਾਂ ਕਿਉਂ ਕਰਨ ਲੱਗ ਪਈ। ਤੂੰ ਟੈਨਸ਼ਨ ਨਾ ਕਰਿਆ ਕਰ, ਨਾਲੇ ਨਾ ਮਾੜਾ ਮੋਟਾ ਹੱਸ ਖੇਡ ਲਿਆ ਕਰ, ਉਈ ਨਾ ਸਾਰਾ ਦਿਨ ਬਿਨਾਂ ਗੱਲ ਤੋਂ ਟੈਨਸ਼ਨ ਲਿਆ ਕਰ। ਚੱਲ ਮੈਂ ਕਰ, ਘੁੱਟ ਕੇ ਚਾਹ ਬਣਾ ਕੇ ਲਿਆ, ਮੇਰਾ ਨਾ ਸਿਰ ਭਾਰਾ ਭਾਰਾ ਹੋਇਆ ਪਿਆ। ਚੱਲ ਮੈਂ ਲਿਆਉਂਦੀ ਹਾਂ ਚਾਹ ਬਣਾ ਕੇ ਤੈਨੂੰ, ਨਾਲੇ ਉੱਧਰਲੇ ਪਾਸੇ ਚੱਕ ਮੱਝਾਂ, ਹੁਣ ਉਰੇ ਧੁੱਪ ਆ ਗਈ। ਚੱਲ ਮੈਂ ਹੀ ਕਰਨਾ ਮੈਂ, ਉਹ ਇਹ ਮੰਜੇ ਤੋਰੀ ਖੜਾ ਕਰ ਦਿੰਦਾ ਮੈਂ, ਕਰ ਦੇ ਫਿਰ ਅੰਦਰੋਂ ਲੌਬੀ ਨੂੰ ਹੋਰ ਚੱਕ ਲਾਂਗੇ। ਲਭੂ? ਹਾਂਜੀ ਮੰਮੀ ਜੀ। ਉਹ ਤਾਂ ਇੱਥੇ ਕਾਹ ਤੋਂ ਖੜੀ ਆ ਤੂੰ ਕੱਲੀ? ਬਸ ਉਹੀ ਮੰਮੀ ਜੀ, ਥੱਲੇ ਨਾ ਮੇਰਾ ਦਮ ਜਿਹਾ ਘੁੱਟ ਜਾਂਦਾ ਸੀਗਾ, ਮੈਂ ਤਾਂ ਕਰਕੇ ਉੱਪਰ ਆ ਕੇ ਖੜ ਗਈ। ਪੁੱਤ ਮੈਂ ਸਮਝਦੀ ਹਾਂ, ਆ ਜਦੋਂ ਭੈਣਾਂ ਦੇ ਭਾਈ ਚਲੇ ਜਾਂਦੇ ਆ ਨਾ, ਤਾਂ ਦਮ ਤਾਂ ਜਿਉਂਦੇ ਜੀ ਦਾ ਘੁੱਟਿਆ ਜਾਂਦਾ। ਮੈਂ ਸਮਝਦੀ ਹਾਂ ਪੁੱਤ, ਆ ਜੇ ਕਿਤੇ ਕਿਰਨਾ ਤੇਰੇ ਭਾਈ ਨਾਲ ਇੰਨਾ ਨਾ ਲੜਦੀ ਨਾ, ਤਾਂ ਅੱਜ ਨੂੰ ਉਹ ਜਵਾਕ ਆਪਣੇ ਵਿੱਚ ਹੁੰਦਾ, ਪਰ ਕੀ ਕਰਿਆ ਜਾਵੇ। ਚਲੋ ਕੋਈ ਨਹੀਂ ਮੰਮੀ ਜੀ, ਸਭ ਕਿਸਮਤ ਦੀਆਂ ਗੱਲਾਂ ਨੇ। ਵੈਸੇ ਇੱਕ ਗੱਲ ਸੋਚਣ ਵਾਲੀ ਹੈ ਮੰਮੀ ਜੀ, ਚਾਲਾਂ ਤਾਂ ਲੋਕੀ ਬਹੁਤ ਖੇਡਦੇ ਨੇ, ਪਰ ਕਿਸੇ ਦਾ ਪਤਾ ਲੱਗ ਜਾਂਦਾ ਹੈ ਤੇ ਕਿਸੇ ਦਾ ਲੱਗਦਾ ਨਹੀਂ। ਆ ਬਹੁਤੀਆਂ ਗੱਲਾਂ ਦਾ ਤਾਂ ਪੁੱਤ ਮੈਨੂੰ ਪਤਾ ਨਹੀਂ, ਪਰ ਮੈਂ ਜਿੰਨਾ ਵੀ ਸੋਚਦੀ ਹਾਂ ਨਾ, ਤੇਰੇ ਭਲੇ ਬਾਰੇ ਸੋਚਦੀ ਹਾਂ। ਦੇਖ ਮੇਰੀ ਗੱਲ ਸੁਣ, ਅੱਜ ਮੈਂ ਤੈਨੂੰ ਇੱਕ ਗੱਲ ਕਹਿਣ ਲੱਗੀ ਹਾਂ। ਸਿਕੰਦਰ ਤੈਨੂੰ ਬਹੁਤ ਪਿਆਰ ਕਰਦਾ, ਅਤੇ ਉਹ ਚਾਹੁੰਦਾ ਵੀ ਆ ਕਿ ਲਵੂ ਦਾ ਵਿਆਹ ਮੇਰੇ ਨਾਲ ਹੋ ਜੇ। ਆ ਪੁੱਤ, ਸਿਕੰਦਰ ਤਾਂ ਤੈਨੂੰ ਪਿਆਰ ਕਰਦਾ ਹੀ ਆ, ਮੈਂ ਵੀ ਤੈਨੂੰ ਬਹੁਤ ਪਿਆਰ ਕਰਦੀ ਹਾਂ, ਪਰ ਗੁੱਸਾ ਨਾ ਕਰੀ ਧੀਏ, ਮਾੜਾ ਤਾਂ ਬਾਬਾ ਵੀ ਨਹੀਂ, ਬਾਬਾ ਵੀ ਤੇਰਾ ਬਹੁਤ ਕਰਦਾ, ਜਵਾਕ ਤਾਂ ਦੋਨੇ ਹੀ ਕਰਦੇ ਨੇ, ਦੇਖ ਚਾਹੇ ਸਿਕੰਦਰ ਹੋਇਆ ਅਤੇ ਚਾਹੇ ਫਿਰ ਬਾਬਾ। ਬਾਕੀ ਮੇਰਾ ਤਾਂ ਪੁੱਤ ਕਹਿਣਾ ਫਰਜ਼ ਹੈ, ਤੂੰ ਇੱਕ ਵਾਰ ਸੋਚ ਲਈ। ਨਾਲੇ ਸੱਚ, ਸਿਆਣਿਆਂ ਦਾ ਕਹਿਣਾ ਕਿ ਪੈਸਾ ਦਾ ਬੰਦਾ ਔਖਾ ਸੌਖਾ ਕਮਾ ਹੀ ਲੈਂਦਾ, ਪਰ ਪੁੱਤ ਜਿਹੜਾ ਪਿਆਰ ਹੁੰਦਾ ਨਾ, ਜੇ ਉਹ ਇੱਕ ਵਾਰ ਹੱਥੋਂ ਨਿਕਲ ਗਿਆ ਦੁਬਾਰੇ ਹਾਸਲ ਨਹੀਂ ਹੁੰਦਾ, ਅਤੇ ਕੁੜੀ ਕੋਲ ਪਛਤਾਉਣ ਤੋਂ ਬਿਨਾਂ ਕੱਖ ਵੀ ਨਹੀਂ ਬਚਦਾ। ਪੁੱਤ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਬਾਬਾ ਤੈਨੂੰ ਬਹੁਤ ਪਿਆਰ ਕਰਦਾ, ਜਿੰਨਾ ਛੇਤੀ ਹੋ ਸਕੇ ਨਾ ਬਾਵੇ ਨਾਲ ਵਿਆਹ ਕਰਵਾ ਲੈ। ਤੇ ਰਹੀ ਗੱਲ ਸਿਕੰਦਰ ਦੀ, ਮੇਰੇ ਸਿਕੰਦਰ ਨੂੰ ਕਿਤੇ ਰਿਸ਼ਤਿਆਂ ਦੇ ਘਾਟੇ ਨੇ? ਸੁਖਨਾ ਪੈਸਾ, ਜ਼ਮੀਨ, ਗੱਡੀਆਂ, ਦੌਲਤ, ਅੱਡਾ ਵੰਗਲਾ ਪਾਈ ਬੈਠੀ ਹਾਂ ਮੈਂ? ਮੇਰੇ ਪੁੱਤ ਵਾਸਤੇ ਰਿਸ਼ਤਿਆਂ ਦੀ ਤਾਂ ਲੈਣ ਲੱਗੀ ਪਈ ਆ, ਮੈਂ ਤਾਂ ਜਦੋਂ ਮਰਜ਼ੀ ਵਿਆਹ ਲਾਂ, ਝੱਟ ਮੰਗਣੀ ਅਤੇ ਪੱਟ ਵਿਆਹ, ਆ ਕਿਤੇ ਐਂ ਨਾ ਹੋਵੇ
ਹੁਣ ਤੂੰ ਬਾਬਾ ਵੀ ਹੱਥੋਂ ਗਵਾ ਲਈ। ਪੁੱਤ ਟਾਈਮ ਨਾਲ ਵਿਆਹ ਕਰਾ ਲਾ, ਆ ਸਿਆਣਿਆਂ ਦਾ ਕਹਿਣਾ ਹਰ ਚੀਜ਼ ਟਾਈਮ ਨਾਲ ਵਧਗਾ ਲੱਗਦੀ ਆ, ਅਤੇ ਬਹੁਤੀਆਂ ਸਿਆਣੀਆਂ ਗੱਲਾਂ ਦਾ ਫਾਇਦਾ ਨਹੀਂ। ਮਾਮੀ ਜੀ, ਮੈਨੂੰ ਇਸ ਗੱਲਾਂ ਨਾ ਹਜੇ ਵਧੀਆ ਨਹੀਂ ਲੱਗਦੀਆਂ। ਚਲੋ ਕੋਈ ਨਹੀਂ, ਵਿਆਹ ਤਾਂ ਇੱਕ ਦਿਨ ਹੋ ਹੀ ਜਾਣਾ, ਪਰ ਤੁਹਾਨੂੰ ਪਤਾ ਤਾਂ ਹੈਗਾ ਵੀ ਹੁਣੇ ਹੁਣੇ ਤਾਂ ਮੇਰੇ ਭਰਾ ਦੀ ਡੈਥ ਹੋਈ ਹੈਗੀ, ਮੈਨੂੰ ਹਜੇ ਵਿਆਹ ਬਾਰੇ ਸੋਚਣਾ ਵੀ ਨਹੀਂ ਚਾਹੀਦਾ। ਚਲੋ ਕੋਈ ਨਹੀਂ, ਜਦੋਂ ਟਾਈਮ ਆਊਗਾ ਕਰਾ ਲਾਂਗੇ। ਅੱਛਾ ਮਾਮੀ ਨੂੰ ਕੀ ਹੋ ਗਿਆ? ਸੂਰਜ ਕਿਤੇ ਪੱਛਮ ਵੱਲੋਂ ਤਾਂ ਨਹੀਂ ਚੜ ਗਿਆ? ਕੋਈ ਤਾਂ ਗੱਲ ਤਾਂ ਹੈਗੀ ਹੈ, ਕੋਈ ਨਾ ਕੋਈ ਮਾਮੀ ਦੇ ਦਿਮਾਗ 'ਚ ਗੱਲ ਚੱਲ ਰਹੀ ਹੈ, ਪਰ ਕੀ ਹੋ ਸਕਦੀ ਹੈ? ਲੈ ਆ ਵੀ ਚੱਲ ਕੰਮ ਨਿਬੜਿਆ, ਟੈਨਸ਼ਨ ਜੇ ਫਰੀ ਹੋ ਗਈ ਰੋਜ਼ ਹੀ ਕਰੀ ਨਹੀਂ ਪਾੜੇ ਦਾ ਹਾਰ ਕਰੇ। ਆ ਗਈ ਤੁਸੀਂ? ਹਾਂ ਪੁੱਤ ਆ ਗਈ ਮੈਂ। ਪਾਣੀ ਲਿਆਵਾ? ਬਸ ਪਾਣੀ ਤਾਂ, ਅਤੇ ਤੂੰ ਮੈਨੂੰ ਐਂ ਦੱਸ ਕੀ ਕਹਿੰਦਾ ਡਾਕਟਰ, ਸੁੱਖ ਸਾਂਦ ਹੈ? ਹਾਂ ਮੰਮੀ, ਡਾਕਟਰ ਕਹਿੰਦੀ ਠੀਕ ਆ ਹੁਣ ਮੈਂ। ਅੱਛਾ ਲੈ, ਮੈਂ ਵੀ ਆਈ ਮੈਂ ਨਾ, ਬਸ ਤੇਰੇ ਨਾਲ ਝਗੜਾ ਕਰੀ ਜਾਂਦੀ ਸੀ, ਕੁੜੀ ਮੁੰਡਾ ਕਰੀ ਜਾਂਦੀ ਸੀ। ਪੁੱਤ ਪਰ ਗੱਲ ਆਏ ਆ, ਜੇ ਪਹਿਲਾ ਬੱਚਾ ਨਾ ਮੁੰਡਾ ਹੋਵੇ ਤਾਂ ਸਹੁਰੇ ਘਰ ਨੂੰਹ ਦੀ ਇੱਜ਼ਤ ਬਣ ਜਾਂਦੀ ਹੈ। ਦੇਖੋ ਮੰਮੀ, ਜੇ ਮੁੰਡਾ ਜੰਮਣ ਨਾਲ ਇੱਜ਼ਤ ਵੱਧਦੀ ਹੈ ਨਾ, ਤਾਂ ਇਹੋ ਜਿਹੀ ਇੱਜ਼ਤ ਦੀ ਮੈਨੂੰ ਕੋਈ ਲੋੜ ਨਹੀਂ ਹੈਗੀ। ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ, ਮੇਰੇ ਲਈ ਤਾਂ ਇੱਕੋ ਸਮਾਨ ਨੇ। ਤੇਰੇ ਲਈ ਤਾਂ ਇੱਕੋ ਸਮਾਨ ਹੈਗੇ ਨੇ, ਕੋਈ ਮਾੜਾ ਮੋਟਾ ਆ ਦਿਮਾਗ ਨੂੰ ਖੋਲ ਕੇ ਵੀ ਦੇਖ ਲਿਆ ਕਰ। ਇਸ ਘਰ ਦਾ ਵਾਰਸ ਚਾਹੀਦਾ, ਦੀਵੇ ਨਾਲ ਬੱਤੀ ਲੱਗਣੀ ਚਾਹੀਦੀ ਹੈ। ਫਿਰ ਮੰਮੀ, ਜੇ ਪਹਿਲਾਂ ਕੁੜੀ ਹੋ ਜੂਗੀ ਫਿਰ ਕੀ ਹੋ ਜੂਗਾ? ਤੇਰਾ ਕਾਲਜਾ ਹੋ ਜੂ ਤੇ। ਰੱਬ ਨੇ ਚਾਹਿਆ ਮੁੰਡਾ ਬਾਅਦ ਚੋਂ ਵੀ ਹੋ ਜੂਗਾ, ਜੋ ਕਰਮਾਂ ਵਿੱਚ ਲਿਖਿਆ ਉਹ ਤਾਂ ਹੋ ਹੀ ਜਾਣਾ, ਰੱਬ ਨੂੰ ਕੁਛ ਕੀ ਫਾਇਦਾ? ਤੇਰਾ ਮਥਿਆ ਹੋਈ ਹੈ ਵੀ ਤਾਂ ਕੁੜਾ ਹੀ ਜੰਮਣਾ ਪਹਿਲਾਂ। ਦੇਖੋ ਮੰਮੀ, ਕੁੜੀ ਤਾਂ ਤੁਸੀਂ ਵੀ ਹੋ, ਪਹਿਲੇ ਵੀ ਕਿਸੇ ਦੀ ਧੀ ਸੀਗੇ, ਜੇ ਹੁਣ ਸੱਸ ਬਣ ਗਏ ਇਹਦਾ ਮਤਲਬ ਇਹ ਥੋੜੀ ਹੈ ਕਿ ਆਪਦੀ ਨੂੰਹ ਨੂੰ ਫੋਰਸ ਕਰੀ ਆਓ ਕਿ ਮੈਨੂੰ ਤਾਂ ਮੁੰਡਾ ਹੀ ਚਾਹੀਦਾ। ਨਹੀਂ ਜੇ ਮੈਂ ਸੱਸ ਹਾਂ ਤਾਂ ਮੈਂ ਵੀ ਕਿਸੇ ਦਿਨ ਨੂੰਹ ਸੀ, ਪੁੱਤ ਨੂੰ ਜਨਮ ਮੈਂ ਵੀ ਦਿੱਤਾ, ਪਰ ਮੈਂ ਤਾਂ ਸੌ ਸੌ ਸੁੱਖਾਂ ਸੁੱਖਦੀ ਸੀ, ਅੱਜ ਇੱਕ ਤੂੰ ਹੈ, ਆ ਸੁੱਖਾਂ ਸੁੱਖਦੀਆਂ ਮੇਰੇ ਕੁੜੀ ਹੀ ਹੋਵੇ। ਤੂੰ ਐਂ ਕਦੇ ਮੈਂ ਸੁਣੇ ਹੀ ਨਹੀਂ ਤੇਰੇ ਮੂੰਹੋਂ ਵੀ ਹਾਂ ਮੰਮੀ ਮੇਰੇ ਪੁੱਤ ਹੋ ਜੇ, ਤੂੰ ਤਾਂ ਬਸ ਮੂਹਰੇ ਕੁੜੀ ਰੱਖੀ ਹੋਈ ਆ। ਹੱਦ ਕਰ ਦਿਓ ਮੰਮੀ ਤੁਸੀਂ, ਨਾਲੇ ਤਾਂ ਇੱਕ ਤੁਸੀਂ ਮੈਨੂੰ ਕਹੀ ਜਾਂਦੇ ਹੋ ਵੀ ਮੈਂ ਮੁੰਡੇ ਕਰਕੇ ਲੜਦੀ ਹਾਂ, ਤੇ ਹੁਣ ਫਿਰ ਲੜੀ ਜਾਂਦੇ ਹੋ ਤੁਸੀਂ। ਜਦੋਂ ਤੂੰ ਛੇੜਦੀ ਆ ਪੰਗੇ ਤਾਂ ਲੜਾਈ ਪੈਂਦੀ ਹੈ, ਜੇ ਤੂੰ ਹਾਂ ਜਾਂ ਹਾਂ ਰੱਖ ਲੈ ਮਰਦੀ ਹੈ, ਜਾਨ ਨਿਕਲ ਜੇ ਤੇਰੀ। ਦੇਖੋ ਮੰਮੀ, ਬੈਸਾਂ ਦਾ ਕੋਈ ਫਾਇਦਾ ਨਹੀਂ ਹੈਗਾ, ਜੋ ਰੱਬ ਨੇ ਚਾਹਿਆ ਉਹ ਹੋ ਜਾਣਾ। ਹਾਂ ਆਹ ਗੱਲ ਤੂੰ ਸੱਚ ਕਹਿਣੀ ਹੈ, ਤੇਰੇ ਨਾਲ ਬੈਸਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਤੈਂ ਸੋਚਿਆ ਹੀ ਨਹੀਂ ਇਸ ਘਰ ਨੂੰ ਵਾਰਸ ਚਾਹੀਦਾ। ਮੈਂ ਤਾਂ ਕਿਹਾ ਹੀ ਨਹੀਂ ਤੁਹਾਨੂੰ ਵੀ ਮੇਰੇ ਨਾਲ ਬੈਸੋ, ਤੁਸੀਂ ਆਪ ਲੜੀ ਜਾਂਦੇ ਹੋ, ਚੰਗੇ ਲੱਗਦੇ ਹੋ ਤੁਸੀਂ ਮੇਰੇ ਨਾਲ ਲੜਦੇ ਹੋਏ। ਜਿੰਨਾ ਟਾਈਮ ਨਾ ਅਰਦਾਸਾਂ ਕੁੜੀ ਵਾਸਤੇ ਕਰਦੀ, ਕਦੀ ਅਰਦਾਸ ਪੁੱਤ ਵਾਸਤੇ ਵੀ ਕਰ ਲਿਆ ਕਰ, ਮਰਚਾ ਕਰ। ਮੰਮੀ ਮੈਂ ਅਰਦਾਸਾਂ ਨਾ ਕੁੜੀ ਲਈ ਵੀ ਨਹੀਂ ਕਰਦੀ ਨਾ ਮੁੰਡੇ ਲਈ ਕਰਦੀ ਆ, ਮੈਂ ਤਾਂ ਐਂ ਕਹਿੰਦੀ ਆ ਵੀ ਮੇਰਾ ਬੱਚਾ ਹੋਵੇ ਤਾਂ ਤੰਦਰੁਸਤ ਹੋਵੇ।
ਆਹੋ ਤੈਨੂੰ ਲੋੜ ਵੀ ਕੀ ਆ, ਆ ਮੈਂ ਹੈਗੀ ਆ ਨੱਕ ਰਗੜ ਨੂੰ, ਮੈਂ ਹੀ ਰਗੜੀ ਜਾਊਂਗੀ ਨਕੌੜਾ, ਤੂੰ ਨਾ ਕਿਤੇ ਨੱਕ ਰਗੜੀ, ਤੂੰ ਪੁੱਤ ਨਾ ਮੰਗੀ ਰੱਬ ਤੋਂ। ਆ ਜੋੜੇ ਤੇਰੇ ਮੂਹਰੇ ਹੱਥ ਮਾ, ਮੈਥੋਂ ਦਿਮਾਗ ਖਰਾਬ ਨੀ ਹੁੰਦਾ ਤੁਹਾਡੇ ਸਾਹਮਣੇ, ਚਾਹ ਬਣਾ ਰਹੀ ਆ ਕਿ ਚਾਹ ਪੀ ਲਿਓ। ਇਹ ਜੋੜੇ ਹੱਥ ਮੈਂ, ਇਹ ਹੱਥ ਜੇ ਜੋੜ ਲੈਣਾ ਰੱਬ ਮੂਹਰੇ ਤਾਂ ਰੱਬ ਝੋਲੀ ਫਲ ਪਾ ਦੇ, ਤੈਨੂੰ ਪੁੱਤ ਦੇ ਦੇਵੇ। ਕੌਣ ਇਹਨਾਂ ਦਾ ਮੱਥਾ ਮਾਰੇ, ਸਿਆਪਾ ਫਿਰ ਮੈਨੂੰ ਕਹਿਣਗੇ ਤੇਰਾ ਬੀਪੀ ਵੱਧ, ਬੀਪੀ ਬਣਾਉਂਦਾ ਕਿਹੜਾ ਨੀ ਇਸ ਟੱਬਰ ਚੋਂ, ਸਾਰਿਆਂ ਦੀ ਸੂਈ ਨਾ ਮੇਰੇ ਸਿਰੇ ਚੱਕ ਕੇ ਰੱਖਦੇ ਨੇ। ਇਹਨਾਂ ਦਾ ਐਂ ਵੀ ਕਦੋਂ ਇਹਦਾ ਪੜਾਕਾ ਪਵੇ, ਕਦੋਂ ਇਹ ਮਰੇ। ਆਏ ਨੀ ਮੈਂ ਮਰਤੀ, ਮੈਂ ਅਰਦਾਸਾਂ ਕਰਦੀ ਹਾਂ ਮੇਰੇ ਪੋਤਾ ਹੋਵੇ। ਆ ਇੱਕ ਮੂਹਰੇ ਮੈਨੂੰ ਤਾਂ ਲੱਗਦੀ ਹੈ ਨਾ ਇਹਦੀ ਆਸ ਮੁਰਾਦ ਰੱਬਾ ਕਿਤੇ ਪੂਰੀ ਨਾ ਕਰਦੀ, ਮੈਨੂੰ ਪੋਤਾ ਦੇ ਦੀ, ਮੈਨੂੰ ਪੋਤਾ ਚਾਹੀਦਾ। ਸੋਚਿਆ ਸੀ ਛੇਤੀ ਛੇਤੀ ਵਿਆਹ ਕਰਾਂ ਪੁੱਤ ਦਾ, ਪੋਤੇ ਦਾ ਮੂੰਹ ਦੇਖਾਂ, ਪਰ ਕਿੱਥੇ, ਇਹਦਾ ਤਾਂ ਪੁੱਠਾ ਮੂੰਹ ਜਦੋਂ ਬੋਲਦਾ ਮੈਨੂੰ ਤਾਂ ਕੁੜੀ ਮੁੰਡਾ ਇੱਕੋ ਹੀ ਬਰਾਬਰ ਲੱਗਦਾ। ਚੱਲ ਇੱਥੇ ਕਿੱਥੇ ਭਕਾਈ ਮਾਰਦੀ ਆ, ਗੋਲੀ ਕੌਲ ਲਾ ਲੈ ਲਾ। ਓ ਬਾਬੇ ਮੇਰੀ ਗੱਲ ਸੁਣਿਆ, ਤੂੰ ਕਾਹਨੂੰ ਖੱਪੀ ਜਾਂਦੇ, ਤੂੰ ਮੇਰੀ ਸਾਲੀ ਸਾਹਿਬਾਂ ਨੂੰ ਭੇਜ ਗਾ। ਐਂ ਕਰ ਲਾ ਬਾਈ ਫਿਰ, ਤੂੰ ਘਰੇ ਵਗ ਜਾ, ਅਸੀਂ ਦੋਏ ਜਾਣੀਓ ਚੱਕ ਦਿੰਦੇ ਕੰਮ ਨੂੰ। ਹਾਂ ਫਿਰ ਤਾਂ ਬਿਜਗੀ ਪੈਂਦੀ ਜੀ, ਇੱਥੇ ਬੈਠੇ ਨਾ ਵੱਟ ਤੇ ਮਰ ਜਾਊਂਗੇ ਗੱਲਾਂ। ਬਾਈ ਹਾਂ ਚੱਲ, ਤੁਸੀਂ ਤਾਂ ਬਾਈ ਤੁਹਾਡੇ ਪਾਸ ਖੇਤੀ ਪੱਤੀ ਹੈਗੀ ਆ ਯਾਰ, ਹਨਾ ਹਾਂ, ਤੁਸੀਂ ਤਾਂ ਕਰੀ ਜਾਂਦੇ ਹੋ ਯਾਰ। ਮੈਂ ਸੋਚਦਾ ਸੀਗਾ ਥੋੜੇ ਨਾਲ ਜੀਰੀ ਲਵਾ ਕੇ, ਹਾਂ ਕਿਉਂ ਨਾ ਮੈਂ ਪਿੰਡ ਪਾ ਗਿਆ ਬਾਈ। ਪਿੰਡ ਪਿੰਡ ਕੀ ਕਰੇਗਾ ਬਾਈ, ਕੋਈ ਨਾ ਕੋਈ ਮੈਨੂੰ ਵੀ ਤਾਂ ਕੰਮ ਧੰਦਾ ਲੱਭਣਾ ਪਊ ਨਾ। ਉਹ ਤੇਰਾ ਦਿਮਾਗ ਹੱਲ ਗਿਆ ਕਿਉਂ ਬਾਈ, ਕੀ ਕਰੇਗਾ, ਵੱਧ ਤੋਂ ਵੱਧ ਕਿਸੇ ਬਾਣੀਏ ਦੇ ਲੱਗ ਜਾਏਗਾ ਜਾ ਕੇ। ਮੇਰੀ ਗੱਲ ਸੁਣ, ਪਿੰਡ ਪੁੰਡ ਜਾਣ ਦੀ ਨਾ ਸੋਚ, ਫਿਰ ਤੂੰ ਐਂ ਕਰ, ਆਪਾਂ ਨਾ ਠੇਕੇ ਤੇ ਜ਼ਮੀਨ ਦੀ ਗੱਲ ਕਰਦੇ ਹਾਂ ਕਿਸੇ ਨਾਲ, ਠੇਕੇ ਤੇ ਲੈਂਦੇ ਹਾਂ 2000 ਕਿੱਲੇ ਹੋਰ। ਠੀਕ ਹੈ ਬਾਈ, ਤੂੰ ਮੇਰੇ ਨਾਲੇ ਖੇਤੀ ਕਰਾ ਦੀ, ਕੀ ਕਹਿੰਦਾ ਬਾਈ। ਗੱਲ ਤਾਂ ਤੇਰੀ ਠੀਕ ਆ, ਪਰ ਮੈਂ ਕਹਿੰਦਾ ਸੀਗਾ ਵੀ ਜੇ ਕਿਸੇ ਦੁਕਾਨ ਦੁਕਾਨ ਤੇ ਲੱਗ ਜਾਂਦਾ 4 ਪੈਸੇ ਜਿਹੜੇ ਚੜੇ ਨੇ, ਜੇ ਖੇਤੀ ਮਨ ਨਾਲ ਹੋ ਜੇ ਨਾ, ਪੰਜਾਬ ਚ ਰਾਜੇ ਤਾਂ ਖੇਤੀ ਨਾਲ ਹੀ ਆ, ਸਮਝ ਗਿਆ ਨਾ। ਜਦੋਂ ਮਿਲ ਕੇ ਦੋਵੇਂ ਭਾਈ ਕਰਾਂਗੇ ਫਿਰ ਭਲਾ ਕਾਹਦੀ ਟੈਨਸ਼ਨ ਹੈ। ਹੈ ਇਹਦਾ ਗੱਲ ਹੈ ਬਾਈ, ਹੁਣ ਹੱਥ ਜੇ ਨਾ ਬਣਿਆ, ਆ ਜਾ ਟ੍ਰੇਨਿੰਗ ਤਾਂ ਲੈ ਲੈ ਪਹਿਲਾਂ। ਹਾਂ ਬਾਈ ਉਹ ਤਾਂ ਤੁਸੀਂ ਤੇਜ਼ ਜਾਣਾ ਨਾਲ ਹੁੰਦੇ ਭਰਾ। ਆ ਜਾ ਆ ਜਾ, ਪਾਣੀ ਤਾਂ ਪੀ ਲਈਏ, ਗਰਮੀ ਹੈ ਵੀ ਬਾਲੀ ਬਾਈ, ਬੇਸ਼ੱਕ ਬੱਦਲਵਾਈ ਜੀ ਹੋਈ ਹੈ ਪਰ ਗੁੰਮ ਇੰਨਾ ਘਰ ਰੱਖਣਾ ਰੱਬ ਨੇ। ਓਏ ਆ ਕੈਂਪਰ ਵਾਲੀ ਟੂਟੀ ਦਾ ਪਵਾਰਾ ਯਾਰ, ਉਹ ਇਹਦਾ ਅੱਗੇ ਤੌੜਾ ਹੁੰਦਾ ਸੀ ਉਹਦੇ ਨਾਲ ਸਰੀ ਜਾਂਦਾ, ਉੱਪਰ ਨਹੀਂ ਖੋਲ ਲਾਇਆ। ਲੈ ਉਹ ਪਈਏ ਸਾਰਾ ਆਪਣੀ ਪੀ ਯਾਰ, ਪਾਣੀ ਦਾ ਭਰ ਲਿਆ ਕਰੋ ਬਾਈ। ਲਾਈਟ ਆ ਜਾਂਦੀ ਯਾਰ, ਸਵੇਰ ਦੀ ਲਾਈਟ ਆਈ ਨਹੀਂ ਮੁੜ ਕੇ। ਕੋਈ ਨਹੀਂ ਬਾਈ, ਚੱਲ ਐਂ ਖਪਾਊ ਅੱਜ ਜਾ ਕੇ ਲਵੂ ਨੂੰ ਦੱਸੀ ਫਿਰ ਵੀ ਅੱਜ ਤੰਗ ਬਹੁਤ ਕੀਤਾ ਬਾਈ ਨੇ। ਲਵੂ ਲਵੂ ਕਿੱਥੇ ਆ? ਹਾਂਜੀ ਦੀਦੀ, ਹਾਂਜੀ ਦੀਦੀ ਲੱਗੀ, ਕਰਦਾ ਇੰਨਾ ਕੰਮ ਕਰਨ ਵਾਲਾ ਪਿਆ, ਮੈਂ ਤੈਨੂੰ ਕਦੋਂ ਦੀ ਹਾਕਾ ਮਾਰੀ ਜਾਂਦੀ ਆ। ਪਤਾ ਨੀ ਅੱਖ ਨਹੀਂ ਲੱਗ ਗਈ ਸੀ ਮੇਰੀ, ਸੋ ਗਈ ਸੀ। ਚੱਲ ਆਇਆ ਚੱਲੀਏ ਨੀਚੇ। ਦੀਦੀ ਮੇਰੀ ਗੱਲ ਸੁਣ। ਹਾਂ ਮਾਮੀ ਆਈ ਸੀ ਮੇਰੇ ਕੋਲ। ਮਾਮੀ ਆਈ ਸੀ? ਹਾਂ ਕੁਛ ਕਿਹਾ ਤਾਂ ਨੀ ਮਾਮੀ ਨੇ? ਕਿਹਾ ਤਾਂ ਬਹੁਤ ਕੁਛ, ਮੈਂ ਤੈਨੂੰ ਉਹੀ ਦੱਸਣ ਲਈ ਕਿਹਾ ਨੀ ਹੈ। ਮਾਮੀ ਮੈਨੂੰ ਕਹਿੰਦੀ ਕਿ ਤੂੰ ਬਾਵੇ ਨਾਲ ਹੀ ਵਿਆਹ ਕਰਾਈ, ਤੇ ਸਿਕੰਦਰ ਨਾਲ ਨਾ ਵਿਆਹ ਕਰਾਈ। ਮੈਨੂੰ ਤਾਂ ਇਹ ਸਮਝ ਨਹੀਂ ਆ ਰਿਹਾ ਵੀ ਮਾਮੀ ਦਾ ਇਰਾਦਾ ਛੇਤੀ ਬਦਲ ਕਿਵੇਂ ਗਿਆ।
ਭਾਈ ਰਿਸ਼ਤੇ ਮੰਨ ਕਿਵੇਂ ਗਈ? ਪਹਿਲਾਂ ਤਾਂ ਉਹ ਬਹੁਤ ਜ਼ਬਰਦਸਤੀ ਕਰਦੀ ਸੀਗੀ ਵੀ ਤੂੰ ਸਿਕੰਦਰ ਨਾਲ ਵਿਆਹ ਕਰਾ, ਸਿਕੰਦਰ ਦੇ ਗੁਣ ਗਾਉਂਦੀ ਨੂੰ ਥੱਕ ਦਿੱਤੀ, ਇੱਕੋਦਮ ਇੰਨਾ ਚੇਂਜ। ਮਾਮੀ ਨੇ ਇਹ ਗੱਲ ਕਹੀ ਹੈ ਪੱਕਾ? ਦੀਦੀ ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ? ਵਿਸ਼ਵਾਸ ਤਾਂ ਹੈਗਾ ਪਰ ਲਵੋ, ਮਾਮੀ ਨੇ ਐਵੇਂ ਕਿਉਂ ਕਿਹਾ? ਕੀ ਹੋ ਗਿਆ? ਤੁਸੀਂ ਕਿਉਂ ਟੈਨਸ਼ਨ ਲੈ ਲਈ? ਨਹੀਂ ਨਹੀਂ, ਟੈਨਸ਼ਨ ਤਾਂ ਮੈਨੂੰ ਇਹੀ ਸੀਗੀ ਵੀ ਜਿਵੇਂ ਉਹ ਸਿਕੰਦਰ ਨਾਲ ਜ਼ੋਰ ਲਾਈ ਜਾਂਦੇ ਸੀ ਤੇਰਾ ਵਿਆਹ ਕਰਾਉਣ ਨੂੰ, ਇੱਕੋਦਮ ਇਹ ਬਦਲ ਕਿਵੇਂ ਗਏ? ਮਾਮੀ ਦਾ ਇਰਾਦਾ ਕੀ ਹੈ? ਮੈਨੂੰ ਵੀ ਇਹੀ ਸਮਝ ਨਹੀਂ ਆ ਰਹੀ। ਮੈਨੂੰ ਐਂ ਕਿਉਂ ਲੱਗਦਾ ਕਿ ਮਾਮੀ ਦੇ ਦਿਮਾਗ 'ਚ ਕੁਛ ਚੱਲ ਰਿਹਾ? ਲਵੋ, ਹੁਣ ਆਪਾਂ ਕੁਛ ਨਹੀਂ ਕਹਿ ਸਕਦੇ, ਕੀ ਪਤਾ ਮਾਮੀ ਦੀ ਕੋਈ ਨਵੀਂ ਚਾਲ ਹੋਵੇ। ਉਦੋਂ ਤਾਂ ਕਹੀ ਜਾਂਦੀ ਸੀ ਵੀ ਮੈਂ ਆਪਦੇ ਮੁੰਡੇ ਦਾ ਵਿਆਹ ਤੇਰੇ ਨਾਲ ਹੀ ਕਰਾਉਂਗੀ, ਹੋਰ ਕਿਸੇ ਕੁੜੀ ਨਾਲ ਨਹੀਂ ਕਰਾਉਂਦੀ, ਤੇ ਇੱਕੋਦਮ ਕਿਵੇਂ ਬਦਲ ਗਈ? ਅੱਜ ਤਾਂ ਉਹਨਾਂ ਨੇ ਮੈਨੂੰ ਬਿਲਕੁਲ ਹੀ ਪ੍ਰੈਸ਼ਰ ਨਹੀਂ ਪਾਇਆ, ਸਗੋਂ ਦੀ ਇਹ ਕਿਹਾ ਕਿ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ, ਪਿਆਰ ਨਹੀਂ ਮਿਲਦਾ ਦੁਬਾਰਾ। ਕਹਿੰਦੀ ਵੀ ਤੂੰ ਉਹਦੇ ਪਿਆਰ ਨਾਲ ਹੀ ਵਿਆਹ ਕਰਾ, ਕਹਿੰਦੀ ਬਾਬੇ ਤੋਂ ਚੰਗਾ ਮੁੰਡਾ ਤੈਨੂੰ ਕੋਈ ਨਹੀਂ ਮਿਲ ਸਕਦਾ, ਵੀ ਸਿਕੰਦਰ ਦਾ ਵਿਆਹ ਕਿਤੇ ਹੋਰ ਹੋਜੂਗਾ, ਸਾਨੂੰ ਕਿਹੜਾ ਕੁੜੀਆਂ ਦੀ ਘਾਟ ਹੈ। ਉਦੋਂ ਤਾਂ ਕਹਿੰਦੇ ਸੀ ਅਸੀਂ ਲਵੂ ਨਾਲ ਹੀ ਵਿਆਹ ਕਰਾਵਾਂਗੇ, ਸਾਨੂੰ ਹੋਰ ਕੁੜੀ ਨਹੀਂ ਚਾਹੀਦੀ ਹੈਗੀ। ਚੱਲ ਵਧੀਆ ਹੋਇਆ ਜੋ ਹੋਇਆ ਦੀਦੀ, ਮੇਰਾ ਖੜਾ ਛੁੱਟ ਗਿਆ। ਪਰ ਇੱਕ ਟੈਨਸ਼ਨ ਤਾਂ ਹੋਰ ਵੀ ਨਵੀਂ ਖੜੀ ਹੋ ਗਈ ਨਾ, ਕੀ ਪਤਾ ਮਾਮੀ ਦੇ ਦਿਮਾਗ 'ਚ ਕੀ ਚੱਲੀ ਜਾਂਦਾ। ਜੋ ਹੋਊਗਾ ਦੇਖੀ ਜਾਊਗੀ, ਪਰ ਮੈਨੂੰ ਇਹੀ ਖੁਸ਼ੀ ਬਹੁਤ ਹੈ ਵੀ ਮੇਰਾ ਸਿਕੰਦਰ ਨਾਲ ਵਿਆਹ ਨਹੀਂ ਹੋਣਾ, ਮੈਂ ਬਾਬੇ ਨਾਲ ਹੀ ਵਿਆਹ ਕਰਾਉਂਗੀ। ਚੱਲ ਇਹ ਤਾਂ ਬਹੁਤ ਵਧੀਆ ਹੋਇਆ, ਤੈਨੂੰ ਇੱਕ ਟੈਨਸ਼ਨ ਤੋਂ ਤਾਂ ਮੁਕਤੀ ਮਿਲੀ। ਚੱਲ ਮੇਰੇ ਵੀ ਦਿਮਾਗ 'ਚੋਂ ਇੱਕ ਟੈਨਸ਼ਨ ਨਿਕਲ ਗਈ, ਪਰ ਮੈਨੂੰ ਪਤਾ ਤਾਂ ਕਰਨਾ ਹੀ ਪੈਣਾ ਮਾਮੀ ਦੇ ਦਿਮਾਗ 'ਚ ਚੱਲੀ ਕੀ ਜਾਂਦਾ। ਚੱਲ ਇਹ ਟੈਨਸ਼ਨ ਤੂੰ ਨਾ ਲੈ, ਇਹ ਤਾਂ ਮੇਰੀ ਸਿਰਦਰਦੀ ਹੈ, ਤੂੰ ਤਾਂ ਹੁਣ ਖੁਸ਼ ਹੋ ਜਾ, ਬੜਾ ਬਾਬੇ ਦੇ ਮਗਰ ਮਗਰ ਫਿਰਦੀ ਸੀਗੀ। ਹੁਣ ਸੋਚ ਲਾ ਵਿਚੋਲਗਿਰੀ ਦੀ ਚੀਜ਼ੇ ਨੂੰ ਛਾਪ ਪਾਣੀ ਹੈ ਜਾਂ ਫਿਰ ਮੈਨੂੰ ਚੂੜੀਆਂ। ਦੀਦੀ ਦੇਖੋ ਤੁਸੀਂ ਇਹ ਕਰਨਾ ਸਾਰਾ ਕੁਛ ਮੂਹਰੇ ਹੋ ਕੇ, ਤੁਸੀਂ ਇਹ ਦੇਖ ਲਓ ਵੀ ਸ਼ਾਮ ਪਾਉਣੀ ਹੈ ਜਾਂ ਚੂੜੀਆਂ ਪਾਉਣੀਆਂ ਨੇ। ਮੈਂ ਤਾਂ ਕਹਿੰਦੀ ਦੋਨੋਂ ਹੀ ਪਵਾ ਦੀ। ਮਾਮੀ ਜੀ। ਹਾਂ ਪੁੱਤ, ਤੁਸੀਂ ਜੋ ਕਹਿੰਦੇ ਸੀ ਨਾ ਹਾਂ ਉਹੀ ਸੱਚ ਨਿਕਲਿਆ। ਕੀ ਹੋ ਗਿਆ? ਮਾਮੀ ਮੈਂ ਹੁਣੇ ਹੁਣ ਸੁਣ ਕੇ ਆਈ ਹਾਂ, ਹਾਂ ਸਾਰੇ ਜ਼ਮੀਨ ਦੇ ਲਾਲਚ ਨੂੰ ਲੈ ਕੇ ਬੈਠੇ ਨੇ, ਮੈਂ ਕੀ ਕਰਾਂ, ਮੈਂ ਕਦੇ ਸੋਚਿਆ ਨਹੀਂ ਸੀ ਵੀ ਐਡੇ ਧੋਖੇਬਾਜ਼ ਨਿਕਲਣਗੇ ਇਹ। ਦੇਖ ਪੁੱਤ ਹੁਣ ਮੈਂ ਤੈਨੂੰ ਸਮਝਾਉਣਾ ਨਹੀਂ, ਕਿਉਂਕਿ ਮੈਂ ਪਹਿਲਾਂ ਤੈਨੂੰ ਬਹੁਤ ਵਾਰ ਸਮਝਾਤਾ, ਵਾਰੀ ਵਾਰੀ ਸਮਝਾਉਂਦੀ ਤਾਂ ਮੈਂ ਵੀ ਬੁਰੀ ਲੱਗਦੀ ਹਾਂ, ਤੈਨੂੰ ਇਹ ਲੱਗਣਾ ਪਤਾ ਨਹੀਂ ਮਾਮੀ ਨੂੰ ਕੋਈ ਲਾਲਚ ਆ। ਪਰ ਰੌਲਾ ਇੱਕ ਗੱਲ ਹੈ, ਸਿਆਣੇ ਕਹਿੰਦੇ ਨੇ ਜੀਰੀ ਅੱਖੇ ਘੱਟਾ ਪਊ ਪੱਟੀ ਆਪੇ ਬਨੂ, ਹੁਣ ਤਾਂ ਤੂੰ ਆਪ ਵੇਖ ਲਿਆ, ਹੁਣ ਤਾਂ ਤੈਨੂੰ ਯਕੀਨ ਹੋ ਗਿਆ। ਮਾਮੀ ਜੀ ਮੈਂ ਇੱਕ ਵਾਰ ਨਹੀਂ, ਮੈਂ ਦੋ ਦੋ ਵਾਰ ਸੁਣਿਆ, ਸਭ ਦੇ ਮੂੰਹੋਂ ਕੰਨੀ ਸੁਣਿਆ ਮੈਂ ਆਪਦੇ। ਮਾਮੀ ਜਿਵੇਂ ਤੁਸੀਂ ਕਹਿੰਦੇ ਹੋ ਨਾ ਉਵੇਂ ਹੋ ਰਿਹਾ। ਪੁੱਤ ਜੇ ਹੁਣ ਤੂੰ ਸਾਰਾ ਕੁਛ ਅੱਖੀ ਵੇਖ ਕੇ ਤੇ ਕੰਨੀ ਸੁਣ ਕੇ ਵੀ ਯਕੀਨ ਨਾ ਕੀਤਾ ਮੇਰੇ ਤੇ, ਫਿਰ ਇਸ ਤੋਂ ਬਾਅਦ ਤਾਂ ਤੇਰੀ ਮਰਜ਼ੀ ਹੈ, ਠੀਕ ਆ ਨਾ? ਨਹੀਂ ਮੈਨੂੰ ਤਾਂ ਦੇਖ ਕੋਈ ਲਾਲਚ ਨਹੀਂ, ਮੈਂ ਤੈਨੂੰ ਪਹਿਲਾਂ ਵੀ ਬਹੁਤ ਵਾਰ ਕਹਿਤਾ, ਫਿਰ ਕਹਿੰਦੀ ਆ ਮੈਨੂੰ ਕੋਈ ਲਾਲਚ ਨਹੀਂ ਗਾ। ਦੇਖ ਮਾਮੀ ਜੀ ਸੋਨੂੰ ਕਾਹਦਾ ਲਾਲਚ ਹੋਣਾ, ਨਾਲੇ ਤੁਸੀਂ ਤਾਂ ਮੈਨੂੰ ਚੰਗੇ ਵਾਸਤੇ ਸਮਝਾਉਣੇ ਹੋ ਨਾ, ਪਰ ਮੈਂ ਕਦੇ ਸੋਚਿਆ ਨਹੀਂ ਸੀ ਸ਼ਿਵਾ ਜ਼ਮੀਨ ਖਾਤਰ ਗਿਰ ਜੂਗਾ, ਮੈਂ ਤਾਂ ਉਹਨੂੰ ਕਿੰਨਾ ਚੰਗਾ ਸਮਝਦੀ ਰਹੀ, ਪਰ ਹੁਣ ਨਾ ਹੁਣ ਮੈਂ ਸ਼ਿਵ ਨੂੰ ਬਾਵੇ ਦੇ ਨਾ ਆ ਜ਼ਮੀਨ ਪ੍ਰਤੀ ਕੰਨ ਭਰਦੇ ਸੁਣਿਆ, ਉਹ ਬਾਵੇ ਨੂੰ ਭੜਕਾ ਰਿਹਾ,
ਕੀ ਕਰਾਂ ਮਾਮੀ ਜੀ, ਮੈਨੂੰ ਤਾਂ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ, ਮੇਰੇ ਨਾਲ ਕੀ ਹੋ ਰਿਹਾ ਗਾ। ਪਰ ਅਸਲ ਹੱਕਦਾਰ ਤਾਂ ਜ਼ਮੀਨ ਦੀ ਮੈਂ ਹੀ ਹੈ ਨਾ, ਨਾਲੇ ਫਤਿਹ 'ਤੇ ਜਾਣ ਤੋਂ ਮਗਰੋਂ ਜ਼ਮੀਨ ਦੀ ਹੱਕਦਾਰ ਤਾਂ ਮੈਂ ਹੀ ਹਾਂ ਮਾਮੀ ਜੀ, ਹੋਰ ਕੋਈ ਨਹੀਂ ਬਣ ਸਕਦਾ। ਇਹ ਗੱਲ ਤਾਂ ਤੈਨੂੰ ਮੈਂ ਵੀ ਕਹਿੰਦੀ ਹਾਂ ਅਮਨ, ਵੀ ਜ਼ਮੀਨ ਦੀ ਹੱਕਦਾਰ ਤੂੰ ਹੈ, ਆਪਣੀ ਜ਼ਮੀਨ ਸਾਂਭ ਕੇ ਰੱਖ। ਨਹੀਂ ਲੜਾਈ ਲੜਨ ਵਾਲੇ ਤਾਂ ਇੰਨੇ ਟੁਕੜੇ ਪਿੱਛੇ ਲੜੀ ਜਾਂਦੇ ਆ, ਸੁੱਖ ਨਾ ਤੇਰੇ ਕੋਲ ਤਾਂ ਫੇਰ ਵੀ ਇੰਨੀ ਜ਼ਮੀਨ ਆ, ਹੈਂ ਨਹੀਂ ਜੇ ਇਹਦੇ ਵਿੱਚੋਂ 11 ਵੀ ਵੱਗ ਗਿਆ ਨਾ ਤਾਂ 11-11 ਕਰਕੇ ਸਾਰੀ ਹੂੰਝ ਲੈਣਗੇ ਇਹ। ਮੈਂ ਤੈਨੂੰ ਦੱਸਾਂ, ਹਜੇ ਵੀ ਆਹ ਦਿਮਾਗ ਨੂੰ ਖੋਲ ਲੈ, ਹਜੇ ਵੀ ਦਿਮਾਗ ਤੋਂ ਕੰਮ ਲੈ ਲਾ, ਨਹੀਂ ਡੁੱਲੇ ਵੇਰਾਂ ਦਾ ਕੁਛ ਨਹੀਂ ਵਿਗੜਿਆ। ਜੇ ਇਹਨਾਂ ਦੀਆਂ ਉਂਗਲਾਂ ਤੇ ਚੜ ਗਈ ਨਾ ਤੈਨੂੰ ਵੇਚ ਕੇ ਖਾ ਜਾਣਗੇ, ਵੇਚ ਕੇ, ਗੱਲ ਯਾਦ ਰੱਖੀ। ਹਾਂ ਮਾਮੀ ਜੀ, ਹੁਣ ਤਾਂ ਮੈਨੂੰ ਸੰਭਲ ਕੇ ਚੱਲਣਾ ਪਊਗਾ। ਪਹਿਲਾਂ ਤਾਂ ਮੈਨੂੰ ਐਵੇਂ ਸੀ ਵੀ ਫਤਿਹ 'ਤੇ ਜਾਣ ਤੋਂ ਬਾਅਦ ਸਾਰੇ ਮੇਰੇ ਨਾਲ ਹਮਦਰਦੀ ਜਤਾਉਣਗੇ, ਪਰ ਨਹੀਂ, ਇਹ ਤਾਂ ਕੁਛ ਹੋਰ ਹੀ ਸੋਚੀ ਬੈਠੇ ਆ, ਮੇਰੀ ਪਿੱਠ ਪਿੱਛੇ ਮੇਰੀ ਛੁਰਾ ਮਾਰਨ ਨੂੰ ਫਿਰਦੇ ਆ। ਪੁੱਤ, ਇਹ ਅੱਜ ਦੇ ਤੇਰੇ ਮਗਰ ਛੁਰਾ ਮਾਰਨ ਨੂੰ ਨੀ ਫਿਰਦੇ, ਇਹ ਤਾਂ ਕਿੱਦੇ ਦੇ ਦਾਤ ਤਿੱਖੇ ਕਰਾਈ ਫਿਰਦੇ ਨੇ ਵੀ ਸਾਨੂੰ ਕਦੋਂ ਮੌਕਾ ਮਿਲੇ ਤੇ ਕਦੋਂ ਇਹਦਾ ਘਾਟਾ ਲਾ ਦਈਏ ਅਸੀਂ। ਪਰ ਰੌਲਾ ਤੇ ਇਸ ਗੱਲ ਦਾ ਹੈ, ਉਹਨਾਂ ਨੂੰ ਮੌਕਾ ਹਜੇ ਤੱਕ ਮਿਲਿਆ ਹੀ ਨਹੀਂ, ਮੌਕਾ ਮਿਲਿਆ ਹੀ ਨਹੀਂ, ਨਹੀਂ ਤਾਂ ਕਦੋਂ ਉਹਨੂੰ ਧਰਮਰਾਜ ਨਾਲ ਗੱਲਾਂ ਕਰਾ ਦਿੰਦੇ ਤੇਰੀਆਂ ਉਹ। ਹਾਂ ਮਾਮੀ ਜੀ, ਤੁਹਾਡੀ ਗੱਲ ਸਹੀ ਆ। ਚਲੋ ਕੋਈ ਗੱਲ ਨੀ ਮਾਮੀ ਜੀ, ਹਜੇ ਵੀ ਤੁਸੀਂ ਮੈਨੂੰ ਰਸਤਾ ਦਿਖਾਤਾ, ਨਹੀਂ ਮੈਂ ਪਤਾ ਨਹੀਂ ਕਿਹੜੇ ਧੋਖੇ 'ਚ ਰਹਿ ਜਾਂਦੀ। ਨਹੀਂ ਮੇਰੀ ਗੱਲ ਸੁਣ, ਜਿਹੜੇ ਬੰਦੇ ਨੂੰ ਲਾਲਚ ਹੁੰਦਾ ਨਾ, ਜਿਹੜੇ ਬੰਦੇ ਨੂੰ ਐਂ ਹੁੰਦਾ ਵੀ ਅਸੀਂ ਹੜੱਪ ਲਈਏ ਸਾਰਾ ਕੁਛ, ਨੀ ਉਹ ਤਾਂ ਕਤਲ ਕਰਕੇ ਵੀ ਨਾ 4-4 ਸਾਲ 5-5 ਸਾਲ ਜੇਲ੍ਹ ਕੱਟੇ ਆਉਂਦੇ ਨੇ। ਉਹਨਾਂ ਨੂੰ ਇਹ ਹੁੰਦਾ ਵੀ ਕੋਈ ਗੱਲ ਨੀ, ਗੁਨਾਹਦਾਰ ਤਾਂ ਵੱਜੇ ਹੀ ਆ, 4 ਸਾਲਾਂ ਬਾਅਦ ਫਿਰ ਜ਼ਮੀਨ ਸਾਡੀ ਉਹ ਆ, ਠੀਕ ਆ ਨਾ, ਕਤਲ ਹੀ ਕਰ ਦੋ, ਨਿਬੇੜ ਦੋ ਕੰਮ। ਠੀਕ ਆ ਮਾਮੀ ਜੀ, ਸਮਝ ਲਾ ਹਜੇ ਵੀ। ਹੁਣ ਤਾਂ ਮੈਨੂੰ ਸੰਭਲ ਕੇ ਚੱਲਣਾ ਪਊ। ਨਾਲੇ ਭਾਈ ਇੱਕ ਗੱਲ ਹੋਰ ਹੈ, ਇਹਨਾਂ ਦੇ ਹੱਥ ਦੀ ਕੋਈ ਚੀਜ਼ ਨਾ ਖਾਈ, ਮੈਂ ਤੈਨੂੰ ਦੱਸਦਾ ਫਾਲਤੂ। ਜੇ ਤੈਨੂੰ ਕਹਿਣ ਨਾ ਵੀ ਆ ਜਾ ਸਾਡੇ ਨਾਲ ਇੱਧਰ ਖੇਤ ਗੇੜਾ ਕੱਢਿਆ ਹੋਣੇ ਆ, ਉੱਥੇ ਗੇੜਾ ਕੱਢਿਆ ਹੋਣੇ ਆ, ਜਾਈ ਨਾ ਭਾਈ, ਕਿਤੇ ਇਹ ਨਾ ਹੋਵੇ ਟਾਲੀ ਨਾਲ ਖੇਤ ਲਮਕਾ ਦੇਣ ਤੈਨੂੰ, ਦੇਖੀ ਕਿਤੇ ਨੀ, ਖੇਤਾਂ 'ਚ ਤਾਂ ਆਵਾਜ਼ ਜਿੱਡੀ ਮਰਜ਼ੀ ਉੱਚੀ ਮਾਰਨੀ ਕਿਸੇ ਨੂੰ ਸੁਣਨੀ ਵੀ ਨਹੀਂ। ਤਿੱਖੜ ਤੋਂ ਪਹਿਲੇ ਕਿਹੜਾ ਖੇਤਾਂ 'ਚ ਬੈਠਾ? ਮਾਮੀ ਜੀ, ਤੁਸੀਂ ਮੇਰੇ ਕਿੰਨੇ ਕੰਨ ਖੋਲਤੇ, ਮੈਂ ਪਤਾ ਨਹੀਂ ਕਿਹੜੇ ਹਨੇਰੇ 'ਚ ਰਹਿ ਜਾਂਦੀ ਤੇ ਧੋਖਾ ਖਾ ਕੇ, ਬਸ ਪੁੱਛੇ ਨਾ ਕਦੋਂ ਦੀ ਖਤਮ ਹੋਈ ਹੁੰਦੀ। ਮੈਂ ਨਹੀਂ ਚਾਹੁੰਦੀ ਕਿ ਇਸ ਦੁਨੀਆ ਤੋਂ ਤੇਰਾ ਨਾਮੋ ਨਿਸ਼ਾਨ ਮਿਟੇ, ਨੀ ਇਹ ਤਾਂ ਕਿੱਤੇ ਦੇ ਮਟਾਉਣ ਨੂੰ ਫਿਰਦੇ ਨੇ। ਗੱਲ ਸੁਣ ਮੇਰੀ, ਦਿਮਾਗ ਤੋਂ ਕੰਮ ਲਿਆ, ਦਿਮਾਗ ਤੋਂ, ਇਹ ਦਿਮਾਗ ਰੱਬ ਨੇ ਸੋਚਣ ਵਾਸਤੇ ਦਿੱਤਾ, ਪਰ ਜੇ ਇਸ ਦਿਮਾਗ ਤੋਂ ਤਾਂ ਨਾ ਸੋਚਿਆ ਨਾ ਤੇ ਧੋਖਾ ਵੀ ਤੂੰ ਹੀ ਖਾਏਗੀ। ਪਰ ਇੱਕ ਗੱਲ ਹੋਰ, ਮੈਂ ਤੇਰਾ ਇੰਨਾ ਕਰ ਸਕਦੀ ਹਾਂ, ਮੈਂ ਤੇਰੇ ਬਾਰੇ ਸੋਚ ਸਕਦੀ ਹਾਂ, ਪਰ ਤੈਨੂੰ ਮੇਰੀ ਪੈਰ 'ਚ ਬੈਠ ਧਰਨੀ ਪਊਗੀ ਤੇ ਬਾਕੀ ਕੰਮ ਮੇਰਾ। ਜੇ ਤੂੰ ਮੇਰਾ ਸਾਥ ਦੇ ਕੇ ਚੱਲੇਗੀ ਨਾ ਤਾਂ ਇਹ ਸਮਝ ਲੈ, ਤੇਰੇ ਸਾਰੇ ਰਸਤੇ ਬਲਜੀਤ ਕੌਰ ਨੇ ਸਾਫ ਕਰ ਦੇਣੇ ਨੇ। ਮਾਮੀ ਜੀ, ਤੁਸੀਂ ਜਿਵੇਂ ਕਹੋਗੇ ਨਾ ਮੈਂ ਉਵੇਂ ਹੀ ਕਰੂੰਗੀ, ਮੈਂ ਤੁਹਾਡੇ ਨਾਲ ਹਾਂ ਮਾਮੀ ਜੀ, ਤੁਸੀਂ ਮੇਰਾ ਸਾਥ ਦੇ ਰਹੇ ਹੋ, ਮੈਂ ਭਲਾ ਤੁਹਾਡੇ ਤੋਂ ਕਿਉਂ ਭੱਜੂੰਗੀ। ਇਹ ਗੱਲ ਹੈ ਨਾ ਤਾਂ ਫਿਰ ਦੇ ਮੇਰਾ ਸਾਥ, ਮੈਂ ਤਾਂ ਚਾਹੁੰਦੀ ਇਹੀ ਹਾਂ ਕਿ ਤੂੰ ਮੇਰਾ ਸਾਥ ਦੇਵੇਂ। ਸਿਆਣਿਆਂ ਦਾ ਕਹਿਣਾ, ਅੱਖ ਰੱਖੀਏ ਵਾਜ ਵਰਗੀ, ਰੱਖੀਏ ਸਾਧ ਵਰਗੀ,
ਲੈ ਫਿਰ ਐਂ ਕਰ ਘਰ ਵਾਹ ਮੇਰੇ ਵੀ ਤੂੰ ਮੇਰੇ ਨਾਲ ਹੈ।